ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਤੇ ਆਵੋ ਹਿਰਦੇ ਤੇ ਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੀਏ ਸ੍ਰੀ ਅੰਗਦ ਇਤਿਹਾਸਾ ਮੈਂ ਇੱਕ ਦਿਵਸ ਸੁਲੱਖਣੀ ਪਾਸਾ ਸਹਿਜ ਸੁਭਾਏ ਸੋ ਬੈਠਿਆ ਜਾਈ ਇਸ ਬਿਦ ਮੁਝਕੋ ਗਿਰਾ ਅਲਾਈ ਸੁਣੀਏ ਸ੍ਰੀ ਅੰਗਦ ਇਤਿਹਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਮਿਲ ਬੈਠੀ ਪਰਮ ਤੇ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਸਭ ਸੰਗਤ ਨੇ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਕੇ ਸੋ ਦਰ ਰਹਿਰਾ ਸਾਹਿਬ ਜੀ ਦੀ ਬਾਣੀ ਸੁਣ ਕੇ ਗੁਰਮੁਖ ਪਿਆਰੇ ਰਾਗੀ ਸਿੰਘਾਂ ਦੀ ਰਸਨਾ ਤੋਂ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸ਼੍ਰਵਣ ਕਰਕੇ ਮਹਾਨ ਲਾਹਾ ਪ੍ਰਾਪਤ ਕੀਤਾ ਹੁਣ ਜੋ ਚੱਲ ਰਹੀ
ਲੜੀ ਵਾਰ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ। ਆਪ ਸਭ ਸੰਗਤ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਨੂੰ, ਜੋ ਸਤਿਗੁਰੂ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਹੈ, ਉਸ ਦੀ ਕਥਾ ਵਿਚਾਰ ਸ਼੍ਰਵਣ ਕਰ ਰਹੇ ਹੋ। ਜਿਸ ਤਰ੍ਹਾਂ ਬਾਣੀ ਦੇ ਅੰਦਰ ਸਵਈਆਂ ਦੇ ਵਿੱਚ ਭੱਟ ਸਾਹਿਬਾਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਸਤਤੀ ਕੀਤੀ ਹੈ, ਸੋਭਾ ਕੀਤੀ ਹੈ, ਵਡਿਆਈ ਕੀਤੀ ਹੈ, ਉਹਦੇ ਨਾਲ ਨਾਲ ਹੋਰ ਜਿਹੜੇ ਗੈਰ ਸਿੱਖ ਹੋਏ ਨੇ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਗੈਰ ਸਿੱਖ, ਉਹਨਾਂ ਨੇ ਵੀ ਗੁਰੂ ਸਾਹਿਬ ਜੀ ਦੀ ਬੜੀ ਵਡਿਆਈ ਕੀਤੀ ਹੈ, ਸਿਫਤ ਕੀਤੀ ਹੈ। ਜਿਵੇਂ ਕਿ ਲਾਲਾ ਦੌਲਤ ਰਾਏ ਨੇ ਧੰਨ ਸਤਿਗੁਰੂ ਕਲਗੀਧਰ ਮਹਾਰਾਜ ਜੀ ਦਾ ਇਤਿਹਾਸ ਲਿਖਿਆ ਹੈ, ਸਤਿਗੁਰੂ ਕਲਗੀਧਰ ਮਹਾਰਾਜ ਜੀ ਦੀ ਸੋਭਾ ਲਿਖੀ ਹੈ। ਇਸੇ ਤਰ੍ਹਾਂ ਹੋਰ ਲੋਕਾਂ ਨੇ ਵੀ ਦਸਾਂ ਪਾਤਸ਼ਾਹੀਆਂ ਦੀ ਸੋਭਾ ਕੀਤੀ ਹੈ, ਵਡਿਆਈ ਕੀਤੀ ਹੈ। ਇੱਕ ਬਾਲਮ ਕਵੀ ਹੋਇਆ ਹੈ, ਉਹਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੋਭਾ ਕੀਤੀ ਹੈ, ਔਰ ਸੋਭਾ ਕਰਦਾ ਹੋਇਆ ਕੁਝ ਲਾਈਨਾਂ ਲਿਖਦਾ ਹੈ। ਬਾਲਮ ਕਵੀ ਲਿਖਦਾ ਹੈ ਕਿ ਦੁਨੀਆਂ ਦੀ ਨਜ਼ਰਾਂ ਦੇ ਵਿੱਚ ਜਿਹੜਾ ਜੋ ਹੈ ਮੈਂ ਤੁਹਾਡੇ ਸਾਹਮਣੇ ਵਰਣਨ ਕਰਦਾ। ਬਾਲਮ ਕਵੀ ਲਿਖਦਾ ਕਿ ਕਤਕਾ ਪੂਤ ਸਲਕਾ ਪਿਤਾ, ਕਤਕਾ ਪੂਤ ਸਲਕਾ ਪਿਤਾ, ਬਨ ਕਾ ਭਾਈ ਸਭੈ ਜਗ ਗਾਇਓ, ਮਰਬ ਕਾ ਰੱਬ ਪਾਮ ਕਾ ਗੁਰੂ, ਤੀਨ ਸਸੇ ਜਿਸ ਸੀਸ ਝੁਕਾਇਓ, ਤੀਨ ਦਦੇ ਪਗ ਚਾਟ ਤਤ ਜਾ ਕੇ। ਬਾਲਮ ਕਵੀ ਦੀਆਂ ਇਹਨਾਂ ਤੁਕਾਂ ਦਾ ਅਰਥ ਹੈ ਕਿ ਕਾਤਕਾ ਪੂਤ, ਕੱਕੇ ਤੋਂ ਉਹ ਇਹ ਅਰਥ ਲੈਂਦਾ ਹੈ ਕਿ ਕਾਲੂ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਤਾ ਦਾ ਨਾਮ ਸੀ ਬਾਬਾ ਕਲਿਆਣ ਚੰਦ ਜੀ, ਇਸ ਲਈ ਕਤ ਦਾ ਅਰਥ ਕਰਦਾ ਹੈ ਕਿ ਕੱਕੇ ਤੋਂ ਅਰਥ ਲੈਂਦਾ ਹੈ ਕਾਲੂ ਜੀ, ਭਾਵ ਕਿ ਕਲਿਆਣ ਚੰਦ ਜੀ। ਕਾਤ ਅੱਗੇ ਹੈ ਤੱਤਾ, ਤੱਤੇ ਤੋਂ ਅਰਥ ਲੈਂਦਾ ਤ੍ਰਿਪਤਾ ਜੀ, ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਤ ਦੇ ਪੂਤ ਨੇ, ਕਲਿਆਣ ਚੰਦ ਜੀ ਔਰ ਤ੍ਰਿਪਤਾ ਜੀ ਦੇ ਪੁੱਤਰ ਨੇ। ਕਤ ਕਾ ਪੂਤ ਸਲ ਕਾ ਪਿਤਾ, ਸਲ ਦਾ ਅਰਥ ਉਹ ਬਾਲਮ ਕਵੀ ਲੈਂਦਾ ਹੈ ਸੱਸੇ ਤੋਂ, ਜਿਹੜਾ ਸ਼੍ਰੀ ਚੰਦ, ਔਰ ਲੱਲੇ ਤੋਂ ਲਖਮੀ ਦਾਸ। ਕਿ ਸਲ ਕਾ ਪਿਤਾ, ਕਿ ਗੁਰੂ ਨਾਨਕ ਸਾਹਿਬ ਮਹਾਰਾਜ ਇਹਨਾਂ ਦੇ ਪਿਤਾ ਨੇ, ਸ਼੍ਰੀ ਚੰਦ ਜੀ ਔਰ ਲਖਮੀ ਦਾਸ ਜੀ ਦੇ। ਅੱਗੇ ਬਾਲਮ ਕਵੀ ਕਹਿੰਦਾ ਬਾਨ ਕਾ ਭਾਈ, ਬੱਬਾ ਔਰ ਨਾਨਾ, ਉਹਦਾ ਅਰਥ ਕਰਦਾ ਬੱਬੇ ਦਾ ਕਿ ਬੇਬੇ ਔਰ ਨਾਨੇ ਦਾ ਨਾਨਕੀ, ਬੇਬੇ ਨਾਨਕੀ ਦਾ ਭਰਾ। ਸਭੈ ਜਗ ਗਾਇਓ, ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਾਰੇ ਸੰਸਾਰ ਨੇ ਗਾਉਣਾ ਕੀਤਾ। ਅੱਗੇ ਉਹ ਲਿਖਦਾ ਮਰਬ ਕਾ ਰੱਬ, ਮਰ ਤੇ ਬ ਇਹਦੇ ਵਿੱਚ ਤਿੰਨ ਨਾਮ ਨੇ ਕਿ ਇਹਨਾਂ ਤਿੰਨਾਂ ਦਾ ਰੱਬ ਹੈ। ਮ ਦਾ ਅਰਥ ਲੈਂਦਾ ਕਿ ਮਰਦਾਨਾ, ਰ ਦਾ ਅਰਥ ਲੈਂਦਾ ਰਾਏ ਬੁਲਾਰ, ਔਰ ਬ ਦਾ ਅਰਥ ਲੈਂਦਾ ਬਾਲਾ। ਕਿ ਰਾਏ ਬੁਲਾਰ, ਮਰਦਾਨਾ ਔਰ ਬਾਲੇ ਦਾ ਗੁਰੂ ਨਾਨਕ ਸਾਹਿਬ ਰੱਬ ਹੈ। ਭਾਈ ਮਰਦਾਨਾ ਔਰ ਭਾਈ ਬਾਲਾ ਦੋਨਾਂ ਨੇ ਜਿੰਨਾ ਸਮਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਬਤੀਤ ਕੀਤਾ, ਜਿੰਨਾ ਸਮਾਂ ਚਰਨ ਪਰਸਨ ਦਾ ਇਹਨਾਂ ਦੋਨਾਂ ਨੂੰ ਸੁਭਾਗ ਪ੍ਰਾਪਤ ਹੋਇਆ, ਹੋਰ ਕਿਸੇ ਨੂੰ ਨਹੀਂ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਭਾਈ ਮਰਦਾਨਾ ਜੀ ਦੇ ਬਾਰੇ ਵਿਚਾਰ ਦਿੱਤੇ ਨੇ, ਉਹ ਲਿਖਦੇ ਨੇ ਕਿ ਭਾਈ ਮਰਦਾਨਾ ਜੀ ਉਹ ਗੁਰੂ ਕਾ ਸਿੱਖ ਸੀ ਜਿਵੇਂ ਬਾਣੀ ਦਾ ਫਰਮਾਨ ਹੈ ਵਖਤ ਹੈ ਉੱਪਰ ਲੜ ਮੋਏ। ਭਾਈ ਮਰਦਾਨਾ ਉਹਨਾਂ ਦੇ ਵਿੱਚੋਂ ਸੀ ਗੁਰੂ ਕਾ ਸਿੱਖੀ ਜਿਹੜੀ ਸੀ ਉਹਨੇ ਧਾਰਨ ਕੀਤੀ ਸੀ, ਜਿਹਦੇ ਵਿੱਚ ਜਿਹੜਾ ਸੀ ਸਿੱਖੀ ਨੂੰ ਨਿਭਾਉਣ ਦਾ ਸਿਦਕ ਸੀ, ਔਰ ਭਾਈ ਮਰਦਾਨਾ ਕੋਈ ਆਮ ਮਨੁੱਖ ਨਹੀਂ ਸੀ। ਪ੍ਰਿੰਸੀਪਲ ਸਤਬੀਰ ਸਿੰਘ ਜੀ ਦੇ ਵਿਚਾਰ ਨੇ, ਉਹ ਕਹਿੰਦੇ ਨੇ ਕਿ ਭਾਈ ਮਰਦਾਨਾ ਜੀ ਕੋਈ ਆਮ ਮਨੁੱਖ ਨਹੀਂ ਸੀ, ਉਹਨਾਂ ਦੇ ਵਰਗਾ ਦੁਨੀਆਂ 'ਤੇ ਕੋਈ ਜਿਹੜਾ ਰਾਗੀ ਨਹੀਂ ਹੋਇਆ,
ਜਿਨ੍ਹਾਂ ਉਹਨਾਂ ਨੂੰ ਸੰਗੀਤ ਦਾ ਗਿਆਨ ਸੀ ਹੋਰ ਕਿਸੇ ਨੂੰ ਨਹੀਂ। ਤਾਨ ਸੈਨ ਦੇ ਬਾਰੇ ਸਾਰੀ ਦੁਨੀਆ ਜਾਣਦੀ ਹੈ, ਜਿਹੜਾ ਅਕਬਰ ਦੇ ਦਰਬਾਰ ਦੇ ਵਿੱਚ ਗਾਉਂਦਾ ਰਿਹਾ ਤਾਨ ਸੈਨ। ਔਰ ਤਾਨ ਸੈਨ ਦਾ ਜਿਹੜਾ ਉਸਤਾਦ ਸੀ ਗੁਰੂ ਹਰਦਾਸ ਜੀ, ਭਾਈ ਮਰਦਾਨਾ ਜੀ ਉਸ ਹਰਦਾਸ ਦੇ ਉਸਤਾਦ ਸਨ। ਹਰਦਾਸ ਜੀ ਨੇ ਭਾਈ ਮਰਦਾਨਾ ਜੀ ਤੋਂ ਜਿਹੜਾ ਸੀ ਸੰਗੀਤ ਵਿੱਦਿਆ ਸਿੱਖੀ ਸੀ, ਔਰ ਅੱਗੇ ਤਾਨ ਸੈਨ ਨੇ ਸਿੱਖੀ ਜੋ ਅਕਬਰ ਦੇ ਦਰਬਾਰ 'ਚ ਗਾਉਂਦਾ ਰਿਹਾ। ਭਾਈ ਮਰਦਾਨਾ ਜੀ ਆਪਣੇ ਸਮੇਂ ਦੇ ਪ੍ਰਸਿੱਧ ਸੰਗੀਤਕਾਰ ਹੋਏ ਨੇ, ਪ੍ਰਸਿੱਧ ਰਾਗੀ ਹੋਏ ਨੇ, ਉਹਨਾਂ ਨੂੰ ਰਾਗਾਂ ਦਾ ਬਹੁਤ ਗਿਆਨ ਸੀ। ਇਸ ਗੱਲ ਦੀ ਜਿਹੜੀ ਗਵਾਹੀ ਹੈ ਸਾਰੀ ਕਰਨਾਟਕ ਯੂਨੀਵਰਸਿਟੀ ਦੇ ਵਿੱਚ ਲਿਖੀ ਹੋਈ ਹੈ, ਜਿੱਥੇ ਭਾਈ ਮਰਦਾਨਾ ਜੀ ਦੀ ਸਾਰੀ ਹਿਸਟਰੀ ਉਹਨਾਂ ਨੇ ਲਿਖ ਕੇ ਰੱਖੀ ਹੈ। ਇਸ ਗੱਲ ਦਾ ਸਬੂਤ ਕਰਨਾਟਕ ਯੂਨੀਵਰਸਿਟੀ ਦੇ ਵਿੱਚ ਲਿਖਿਆ ਹੈ। ਔਰ ਭਾਈ ਮਰਦਾਨਾ ਜੀ ਉਹ ਸਿੱਖ ਸਨ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹਰ ਬਚਨ ਦੀ ਪਾਲਣਾ ਕੀਤੀ। ਔਰ ਦੂਜੇ ਨੰਬਰ ਤੇ ਹਰ ਰਾ ਦਾ ਅਰਥ ਉਹਨੇ ਕੀਤਾ ਬਾਲਮ ਕਵੀ ਨੇ ਕਿ ਰਾਏ ਬੁਲਾਰ। ਰਾਏ ਬੁਲਾਰ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਪੱਕਾ ਸਿੱਖ ਸੀ। ਕਿਸੇ ਵਿਦਵਾਨ ਨੇ ਕਥਾ ਦੇ ਵਿੱਚ ਬਚਨ ਸੁਣਾਇਆ ਸੀ ਕਿ ਜਿਹੜਾ ਆਤਿਸ਼ਬਾਜ਼ੀ ਲੋਕ ਚਲਾਉਂਦੇ ਨੇ ਇਹ ਜਿਹੜੀ ਸੀ ਹੋ ਸਕਦਾ ਉਸ ਸਮੇਂ ਤੋਂ ਸ਼ੁਰੂ ਹੋਈ ਹੋਵੇ ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਆਇਆ ਤਾਂ ਰਾਏ ਬੁਲਾਰ ਨੇ ਮਨਾਇਆ ਸੀ। ਕਹਿੰਦੇ ਕਿ ਉਹ ਇੰਨਾ ਪੱਖਾ ਸਿੱਖ ਸੀ, ਇੰਨੀ ਉਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਹੋਈ ਕਿ ਉਹਨੇ ਜਿਹੜੀਆਂ ਆਪਣੀਆਂ ਤੋਪਾਂ ਸੀ ਨਾ ਸੈਨਾ ਦੇ ਵਿੱਚ ਫੌਜ ਦੇ ਵਿੱਚ, ਕਹਿੰਦੇ ਉਹਨੇ ਆਪਣੀਆਂ ਤੋਪਾਂ ਚਲਾ ਕੇ ਆਤਿਸ਼ਬਾਜ਼ੀ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਸੀ। ਇਸ ਲਈ ਬਾਲਮ ਕਵੀ ਲਿਖਦਾ ਹੈ ਕਿ ਮਰਦਾਨਾ ਤੇ ਰਾਏ ਬੁਲਾਰ ਅੱਗੇ ਹੈ ਬਾਲਾ, ਔਰ ਭਾਈ ਬਾਲਾ ਜਿਹੜਾ ਇਹਨਾਂ ਤਿੰਨਾਂ ਦੇ ਵਾਸਤੇ ਗੁਰੂ ਨਾਨਕ ਸਾਹਿਬ ਰੱਬ ਹੈ। ਔਰ ਇਹ ਜਿਹੜੀ ਆਪਾਂ ਕਥਾ ਸੁਣਦੇ ਹਾਂ ਇਹ ਸਾਰੀ ਕਥਾ ਜਿਹੜੀ ਸੀ ਭਾਈ ਬਾਲਾ ਜੀ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਖਡੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਸੁਣਾਈ ਸੀ, ਔਰ ਜਿਸ ਨੂੰ ਮੁੜ ਕੇ ਉਹ ਜਿਹੜੀ ਸਾਰੀ ਕਥਾ ਸੀ ਉਹ ਤਾਂ ਇੱਕ ਵਾਰਤਾ ਦੇ ਵਿੱਚ ਸੀ, ਮੁੜ ਕੇ ਉਹਨੂੰ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਕਲਮਬੰਦ ਕੀਤਾ, ਕਵਿਤਾ ਦੇ ਵਿੱਚ ਲਿਖਿਆ। ਔਰ ਬਾਲਮ ਕਵੀ ਕਹਿੰਦਾ ਕਿ ਇਹਨਾਂ ਤਿੰਨਾਂ ਦੇ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਰੱਬ ਹੈ। ਔਰ ਅੱਗੇ ਉਹ ਕਹਿੰਦਾ ਕਿ ਪਾਮ ਕਾ ਗੁਰੂ, ਪੰਮ ਦਾ ਅਰਥ ਹੈ ਪੱਪੇ ਤੋਂ ਪੰਡਿਤ ਔਰ ਮੰਮੇ ਤੋਂ ਮੌਲਵੀ। ਪੰਡਿਤ ਜਿਹੜੇ ਨੇ ਹਿੰਦੂ ਧਰਮ ਦੇ ਮੰਨਣ ਵਾਲੇ ਨੇ, ਹਿੰਦੂ ਧਰਮ ਨੂੰ ਫੋਲੋ ਕਰਨ ਵਾਲੇ ਨੇ, ਔਰ ਮੌਲਵੀ ਮੁਸਲਮਾਨ ਧਰਮ ਨੂੰ। ਬਾਲਮ ਕਵੀ ਕਹਿੰਦਾ ਕਿ ਪੰਮ ਕਾ ਗੁਰੂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪੰਡਿਤਾਂ ਦਾ ਅਤੇ ਮੌਲਵੀਆਂ ਦਾ ਜ ਮੁਰਸ਼ਦ ਹੈ। ਉਹਨੂੰ ਜਿਹੜਾ ਪੰਡਿਤਾਂ ਨੇ ਤੇ ਸਮੇਂ ਦੇ ਮੌਲਵੀਆਂ ਨੇ ਵੀ ਨਮਸਕਾਰ ਕੀਤੀ ਰੱਬ ਕਰਕੇ ਮੰਨਿਆ। ਅੱਗੇ ਉਹ ਲਿਖਦਾ ਤੀਨ ਸਸੇ ਜਿਸ ਸੀਸ ਝੁਕਾਇਓ, ਕਿ ਜਿਸ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤਿੰਨਾਂ ਸੱਸਿਆਂ ਨੇ ਸਿਰ ਝੁਕਾਇਆ, ਔਰ ਤਿੰਨਾਂ ਸੱਸਿਆਂ ਦਾ ਕੀ ਅਰਥ ਕਰਦਾ ਬਾਲਮ ਕਵੀ, ਸ ਤੋਂ ਸ਼ੇਸ਼ ਨਾਗ ਲੈਂਦਾ ਜਿਹਦਾ ਬਾਣੀ ਦੇ ਵਿੱਚ ਵੀ ਜ਼ਿਕਰ ਹੈ। ਹਨੂੰਮਾਨ ਸਰ ਗਰੜ ਸਮਾਨਾ, ਸੇਖ ਨਾਗ ਤੇਰੋ ਮਰਮ ਨਾ ਜਾਣਾ। ਕਹਿੰਦਾ ਕਿ ਪਹਿਲਾ ਸੱਸਾ ਜਿਹੜਾ ਉਹਦਾ ਅਰਥ ਹੈ ਸ਼ੇਸ਼ ਨਾਗ, ਮੰਨਿਆ ਜਾਂਦਾ ਹੈ ਕਿ ਜਿਹਦਾ 1000 ਮੂੰਹ ਹੈ। ਗ੍ਰੰਥਾਂ ਦੇ ਵਿੱਚ ਵੀ ਲਿਖਿਆ ਤੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਵੀ ਬਚਨ ਜਿਹੜੇ ਨੇ ਸ਼ੇਸ਼ਨਾਗ ਦੇ ਬਾਰੇ ਕੀਤੇ ਨੇ ਕਿ ਉਹਦਾ ਜਿਹੜਾ 1000 ਮੂੰਹ ਹੈ ਔਰ 2000 ਜੀਭਾਂ ਨੇ, ਇੱਕ ਮੂੰਹ ਦੇ ਵਿੱਚ ਜਿਹੜੀਆਂ 2 ਜੀਭਾਂ ਨੇ। ਔਰ ਨਿਤਾ ਪ੍ਰਤੀ ਜਿਹੜਾ ਕਹਿੰਦੇ ਪਰਮੇਸ਼ਰ ਦਾ ਨਿਤ ਨਵਾਂ ਨਾਮ ਉਚਾਰਨ ਕਰਦਾ ਹੈ ਪਰ ਉਹ ਅੰਤ ਨਹੀਂ ਪਾ ਸਕਿਆ ਪਰਮੇਸ਼ਰ ਦੇ ਨਾਵਾਂ ਦਾ, ਬੇਅੰਤ ਨਾਮ ਨੇ। ਜਿਵੇਂ ਹਜ਼ੂਰ ਦੀ ਬਾਣੀ ਦਾ ਫਰਮਾਨ ਨੇਤ ਨੇਤ ਕਥੰਤ ਬੇਦਾ, ਕਿ ਜਿਸ ਪਰਮੇਸ਼ਰ ਨੂੰ ਵੇਦ ਜਿਹੜੇ ਨੇ ਬੇਅੰਤ ਬੇਅੰਤ ਕਰਕੇ ਕਹਿੰਦੇ ਨੇ। ਉਹ ਬਾਲਮ ਕਵੀ ਕਹਿੰਦਾ ਕਿ ਉਹ ਜਿਹੜਾ ਸ਼ੇਸ਼ ਨਾਗ ਹੈ ਨਾ, ਉਹ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦਾ। ਔਰ ਦੂਜੇ ਸੱਸੇ ਦਾ ਅਰਥ ਕਰਦਾ ਹੈ ਸ੍ਰਿਸ਼ਟੀ, ਕਿ ਜਿਸ ਗੁਰੂ ਨਾਨਕ ਸਾਹਿਬ ਨੂੰ ਸਾਰੀ ਸ੍ਰਿਸ਼ਟੀ ਨੇ ਸੀਸ ਝੁਕਾਇਆ ਆਪਣਾ ਗੁਰੂ ਕਰਕੇ ਮੰਨਿਆ। ਔਰ ਤੀਜੇ ਸੱਸੇ ਦਾ ਅਰਥ ਕਰਦਾ ਹੈ ਸੱਸ ਕਹਿੰਦੇ ਨੇ ਚੰਦਰਮਾ ਨੂੰ, ਚੰਦਰਮਾ ਨੇ ਵੀ ਜਿਹੜਾ ਸੀਸ ਚੁਕਾਇਆ। ਅੱਗੇ ਫਿਰ ਉਹ ਕਹਿੰਦਾ ਕਿ ਤੀਨ ਦਦੇ ਪਗ ਚਾਟਤ ਜਾ ਕੇ,
ਕਿ ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਨੂੰ ਤਿੰਨ ਦੱਦੇ ਜਿਹੜੇ ਨੇ ਚੱਟਦੇ ਨੇ। ਤਿੰਨਾਂ ਦੱਦਿਆਂ ਦਾ ਅਰਥ ਕੀ ਕੀਤਾ ਬਾਲਮ ਕਵੀ ਨੇ? ਪਹਿਲੇ ਦੱਦੇ ਦਾ ਉਹਨੇ ਅਰਥ ਕੀਤਾ ਹੈ ਦੇਵਤੇ, ਦੂਜੇ ਦੱਦੇ ਦਾ ਅਰਥ ਕੀਤਾ ਦੇਵੀਆਂ ਜਿਹੜੀਆਂ ਮੰਨੀਆਂ ਜਾਂਦੀਆਂ ਨੇ, ਔਰ ਤੀਜੇ ਦੱਦੇ ਦਾ ਜਿਹੜਾ ਅਰਥ ਉਹਨੇ ਦੈਂਤ ਕੀਤਾ। ਦੇਵੀਆਂ, ਦੇਵਤੇ ਔਰ ਦੈਂਤ ਵੀ ਜਿਹੜੇ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਨੂੰ ਚੱਟਦੇ ਨੇ। ਗੁਰੂ ਨਾਨਕ ਸਾਹਿਬ ਦੇ ਅੱਗੇ ਜਿਹੜਾ ਹੈ ਉਹ ਆਪਣੇ ਸਿਰ ਨੂੰ ਝੁਕਾਉਂਦੇ ਨੇ, ਗੁਰੂ ਨਾਨਕ ਸਾਹਿਬ ਨੂੰ ਸ਼੍ਰੋਮਣੀ ਕਰਕੇ ਮੰਨਦੇ ਨੇ। ਔਰ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਦਾ ਜਦੋਂ ਗ੍ਰੰਥ ਆਰੰਭ ਕੀਤਾ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ, ਤੇ ਸ਼ੁਰੂ ਦੇ ਵਿੱਚ ਹੀ ਮੰਗਲ ਕਰ ਦਿੱਤਾ, ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਯੋਗਲ ਚਰਨ ਮਾਮ ਬੰਦਨਾ ਧਰ ਪਰ ਧਰ ਕਰਮਾਥ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਰਿਆਂ ਤੋਂ ਸ਼ਿਰੋਮਣੀ ਨੇ, ਸਭ ਤੋਂ ਉੱਤਮ ਨੇ। ਪਰਮ ਪਰਾਵਰ ਨਾਥ ਦਾ ਅਰਥ ਜਿਹੜਾ ਬਹੁਤ ਵੱਡਾ ਹੈ, ਪਰਮ ਪਰਾਵਰ ਤੋਂ ਭਾਵ ਹੁੰਦਾ ਕਿ ਧਰਤੀ ਦੇ ਹੇਠਾਂ ਦਿਸਣ ਵਾਲੇ ਨਾ ਦਿਸਣ ਵਾਲੇ ਸਾਰਿਆਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਹਨ। ਔਰ ਇਸ ਤਰ੍ਹਾਂ ਜਿਹੜਾ ਉਹ ਬਾਲਮ ਕਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੋਭਾ ਕਰਦਾ ਹੋਇਆ ਲਿਖਦਾ ਕਿ ਮੇਰੀ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਜਿਹੜੀ ਨਮਸਕਾਰ ਹੈ ਧਰਤੀ ਤੇ ਮੱਥਾ ਰੱਖ ਕੇ ਡੰਡਾਉਤ ਨਮਸਕਾਰ ਹੈ। ਔਰ ਐਸੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਆਪ ਸਭ ਸੰਗਤ ਕਥਾ ਵਿਚਾਰ ਸਰਵਣ ਕਰਦਿਓ ਪਿੱਛੇ ਪ੍ਰਸੰਗ ਦੇ ਵਿੱਚ ਆਪ ਸਭ ਸੰਗਤ ਨੇ ਸਰਵਣ ਕੀਤਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇੱਕ ਬਾਲਕ ਮਿਲਿਆ ਜਿਸ ਦਾ ਨਾਮ ਪਹਿਲਾਂ ਬੂੜਾ ਹੈ, ਔਰ ਗੁਰੂ ਨਾਨਕ ਸਾਹਿਬ ਨੇ ਉਹਨੂੰ ਬੁੱਢੇ ਦਾ ਨਾਮ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦੇ ਮੁੱਖ ਤੋਂ ਬਚਨ ਨਿਕਲਣੇ ਕਰਕੇ ਉਹ ਬਾਲਕ ਦਾ ਜਿਹੜਾ ਸਰੀਰ ਹੈ ਉਹ ਬਜ਼ੁਰਗਾਂ ਵਾਲਾ ਹੋ ਗਿਆ, ਇਸ ਕਰਕੇ ਉਹਦੇ ਜਿਹੜੇ ਘਰ ਦੇ ਸੀ ਉਹਨੂੰ ਉੱਥੇ ਹੀ ਛੱਡ ਗਏ, ਤੇ ਉਹ ਜਿਹੜਾ ਬੂੜਾ ਬਾਲਕ ਸੀ ਉਸ ਦਿਨ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਰਹਿਣ ਲੱਗਾ। ਔਰ ਉਹੀ ਜਿਹੜਾ ਬਾਲਕ ਸੀ ਮੁੜ ਕੇ ਬਣਿਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ। ਔਰ ਜੋ ਸ਼੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਹੋਏ, ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ, ਉਸ ਸਮੇਂ ਪਹਿਲੇ ਹੈੱਡ ਗ੍ਰੰਥੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ। ਔਰ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿੰਨੀ ਸ਼ਾਸਤਰ ਆਸਤਰ ਦੀ ਸਾਰੀ ਵਿੱਦਿਆ ਸੀ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੇ ਸੀ ਉਸਤਾਦ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪੜ੍ਹਾਈ। ਗੁਰੂ ਦੇ ਪਰਮੇਸ਼ਰ ਨੂੰ ਵਿੱਦਿਆ ਪੜ੍ਹਨ ਦੀ ਲੋੜ ਨਹੀਂ, ਪਰ ਜਿਹੜਾ ਕਹਿੰਦੇ ਕਿ ਦੁਨਿਆਵੀ ਤੌਰ ਤੇ ਸੰਸਾਰ ਦੀ ਜਿਹੜੀ ਮਰਿਆਦਾ ਚੱਲੀ ਆਉਂਦੀ ਹੈ ਗੁਰੂ ਧਾਰਨ ਕਰਨ ਦੀ ਵਿੱਦਿਆ ਸਿੱਖਣ ਦੀ, ਪਹਿਲੇ ਵੀ ਜਿਹੜੇ ਅਵਤਾਰ ਪੈਗੰਬਰ ਹੋਏ ਉਹਨਾਂ ਨੇ ਵੀ ਵਿੱਦਿਆ ਸਿੱਖੀ, ਕਹਿੰਦੇ ਉਸ ਵਿੱਦਿਆ ਦੀ ਮਰਿਆਦਾ ਨੂੰ ਪੂਰੀ ਕਰਨ ਦੇ ਲਈ ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੋਂ ਵਿੱਦਿਆ ਪ੍ਰਾਪਤ ਕੀਤੀ। ਔਰ ਇਹ ਜਿਹੜਾ ਪ੍ਰਸੰਗ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਮਿਲਾਪ ਦਾ ਆਪ ਸਭ ਸੰਗਤ ਨੇ ਕੱਲ੍ਹ ਸਰਵਣ ਕੀਤਾ ਸੀ। ਅੱਗੇ ਹੁਣ ਜਿਵੇਂ ਸਤਿਗੁਰੂ ਮਹਾਰਾਜ ਜੀ ਦਾ ਗੁਰ ਇਤਿਹਾਸ ਆ ਰਿਹਾ, ਕਥਾ ਦਾ ਪ੍ਰਸੰਗ ਆ ਰਿਹਾ, ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣੀਏ ਸ੍ਰੀ ਅੰਗਦ ਇਤਿਹਾਸ। ਭਾਈ ਬਾਲਾ ਜੀ ਕਹਿੰਦੇ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਅੱਗੇ ਇਤਿਹਾਸ ਸੁਣਨਾ ਕਰੋ। ਮੈਂ ਇੱਕ ਦਿਵਸ ਮਾਤਾ ਸੁਲੱਖਣੀ ਪਾਸ, ਇੱਕ ਦਿਨ ਮਾਤਾ ਸੁਲੱਖਣੀ ਜੀ ਦੇ ਪਾਸ, ਸਹਿਜ ਸੁਭਾਅ ਸੋ ਬੈਠੋ ਜਾਈ, ਸਹਿਜ ਸੁਭਾਵ ਕੀ ਜਾ ਕੇ ਬੈਠ ਗਿਆ, ਇਸ ਬਿਦ ਮੁਝ ਕੋ ਗਿਰਾ ਅਲਾਈ, ਔਰ ਮਾਤਾ ਸੁਲੱਖਣੀ ਜੀ ਨੇ ਮੇਰੇ ਤਾਂ ਇਸ ਤਰ੍ਹਾਂ ਬਾਣੀ ਕਹੀ, ਟਿਕੰਦੇ ਹੋ ਅਬ ਤਪੇ ਕੋ ਵਿਚਰਣ ਕੀਨ ਵਿਸ਼ਾਲ। ਮਾਤਾ ਸੁਲੱਖਣੀ ਜੀ ਨੇ ਕਿਹਾ ਕਿ ਭਾਈ ਬਾਲਿਆ, ਹੁਣ ਤੂੰ ਤਪੇ ਜੀ ਨੂੰ ਭਾਵ ਕੇ ਸਾਡੇ ਪਤੀ ਔਰ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਹੈ ਟਿਕਣ ਦੇ, ਵਿਚਰਣ ਕੀਨ ਵਿਸ਼ਾਲ, ਤੂੰ ਉਹਨਾਂ ਦੇ ਨਾਲ ਜਾ ਕੇ ਬਹੁਤੇ ਜ਼ਿਆਦਾ ਵਿਚਰਿਆ ਹੈ, ਦੇਸ਼ ਵਿਦੇਸ਼ਨ ਕੇ ਬਿਖੇ ਰਹਿਓ ਸੰਗ ਚਿਰੰਕਾਲ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੂੰ ਸਾਡੇ ਪਤੀ ਔਰ ਗੁਰੂ ਨਾਨਕ ਸਾਹਿਬ ਦੇ ਨਾਲ ਬੜਾ ਲੰਮਾ ਸਮਾਂ ਰਿਹਾ ਹੈ, ਲੈ ਤੁਝ ਕੋ ਨਿਜ ਸੰਗ ਸਧਾਰਨ, ਗੁਰੂ ਨਾਨਕ ਸਾਹਿਬ ਤੈਨੂੰ ਹੀ ਆਪਣੇ ਨਾਲ ਲੈ ਕੇ ਬਾਹਰ ਜਾਂਦੇ ਹਨ, ਬਾਹਰ ਕਾਲ ਵਿਸਾਲ ਗੁਜ਼ਾਰਨ, ਅਤੇ ਘਰ ਤੋਂ ਬਾਹਰ ਬਹੁਤਾ ਸਮਾਂ ਬਤੀਤ ਕਰਦੇ ਨੇ,
ਅਮਰੇ ਪਾਸ ਰਹਿਣ ਦਿਓ ਅਬ ਹੀ ਹੁਣ ਤੂੰ ਸਾਡੇ ਪਤੀ ਨੂੰ ਸਾਡੇ ਪਾਸ ਹੀ ਰਹਿਣ ਦੇਣਾ ਕਰ ਕੁਝ ਬਿਨ ਜਾਏ ਵਹਿਰ ਕਬ ਨਮਹੀ ਭਾਈ ਬਾਲਿਆ ਤੇਰੇ ਤੋਂ ਬਿਨਾਂ ਗੁਰੂ ਨਾਨਕ ਸਾਹਿਬ ਬਾਹਰ ਨਹੀਂ ਜਾਣਗੇ ਉਦਾਸੀ ਤੇ ਮੈਂ ਸੁਣ ਕੇ ਮਨ ਮਾਹੇ ਵਿਚਾਰ ਭਾਈ ਬਾਲਾ ਜੀ ਕਹਿੰਦੇ ਕਿ ਮੈਂ ਮਨ ਸੁਣ ਕੇ ਤੇ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰਿਆ ਨਿਜ ਹਿੱਤ ਇਨ ਬਚਨ ਸਾਚ ਉਚਾਰ ਇਹਨਾਂ ਨੇ ਆਪਣੇ ਹਿੱਤ ਦੇ ਵਾਸਤੇ ਸੱਚਾ ਬਚਨ ਕਿਹਾ ਹੈ ਨਿਰੰਕਾਰ ਲੱਗ ਕੀ ਨੇ ਉਦਾਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜਾ ਲੰਮਾ ਸਮਾਂ ਉਦਾਸੀ ਕੀਤੀ ਹੈ ਉਚਿਤ ਰਹੀ ਇਹੀ ਉਚਿਤ ਯੋਗ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਰਿਵਾਰ ਦੇ ਪਾਸ ਰਹਿਣ ਮਾਨ ਬਚਨ ਮੈਂ ਪ੍ਰਭ ਟਿਕਿਆ ਵਾ ਮੈਂ ਮਾਤਾ ਸੁਲੱਖਣੀ ਜੀ ਦੇ ਬਚਨ ਨੂੰ ਮੰਨ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਆ ਗਿਆ ਹੱਥ ਜੋੜ ਕੇ ਤਬੇ ਅਲਾਵਾ ਤਦੋਂ ਮੈਂ ਦੋਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਕਿਸੇ ਬਿਸਾਬ ਹੋ ਨਿਜ ਪਹਿਚਾਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਓ ਤੁਸੀਂ ਆਪਣੇ ਤੋਂ ਪਿੱਛੋਂ ਜਿਹੜਾ ਹੈ ਕਿਸ ਨੂੰ ਗੁਰਤਾ ਗੱਦੀ ਤੇ ਬਿਠਾਉਣਾ ਕਰੋਗੇ ਗੁਰਤਾ ਦੇਹੋ ਕਰੋ ਬਖਿਆਤੀ ਕਿਸ ਨੂੰ ਆਪਣੀ ਗੁਰਤਾ ਗੱਦੀ ਬਖਸ਼ ਕੇ ਸੰਸਾਰ ਦੇ ਅੰਦਰ ਪ੍ਰਗਟ ਕਰੋਗੇ ਸ੍ਰੀ ਚੰਦ ਕਹਿ ਲਖਮੀ ਦਾਸ ਬਾਬਾ ਸ੍ਰੀ ਚੰਦ ਜਾਂ ਫਿਰ ਲਖਮੀ ਦਾਸ ਨੂੰ ਅਪਰ ਕੋ ਹੇ ਸੁਖ ਰਾਸ ਸੁਖਾਂ ਦੀ ਰਾਸ ਅਵਧੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਓ ਜਾਂ ਫਿਰ ਕੋਈ ਹੋਰ ਸਿੱਖ ਹੈ ਜਿਸ ਨੂੰ ਆਪ ਜੀ ਨੇ ਆਪਣੀ ਗੁਰਤਾ ਗੱਦੀ ਬਖਸ਼ਣੀ ਹੈ ਸ੍ਰੀ ਮੁਖ ਤੇ ਮੁਝ ਦੇਹੋ ਬਤਾਈ ਆਪ ਜੀ ਆਪਣੇ ਸੁਭਾਇਮਾਨ ਮੁਖ ਤੋਂ ਮੈਨੂੰ ਦੱਸਣਾ ਕਰੋ ਜੋ ਪਾਪ ਹੈ ਸਭ ਜਗ ਗੁਰਿਆਈ ਸਾਰੇ ਹੀ ਸੰਸਾਰ ਦੀ ਗੁਰਿਆਈ ਨੂੰ ਪ੍ਰਾਪਤ ਕਰੇਗਾ ਕਹਿਤ ਭਏ ਹਮਰੇ ਪਹਿਚਾਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਭਾਈ ਬਾਲਿਆ ਸਾਡੇ ਤੋਂ ਪਿੱਛੋਂ ਕ੍ਰਿਹਣ ਗੋਤ ਛਤਰੀ ਜਿਹੇ ਜਾਤੀ ਜਿਸ ਦੀ ਤ੍ਰਿਹਣ ਗੋਤ ਹੋਵੇਗੀ ਔਰ ਛਤਰੀ ਜਾਤੀ ਹੋਵੇਗੀ ਪ੍ਰਥਮੇ ਲਹਿਣਾ ਤਾਂ ਕੋ ਨਾਮ ਪਹਿਲਾ ਜਿਹੜਾ ਨਾਮ ਹੈ ਉਸਦਾ ਲਹਿਣਾ ਹੋਵੇਗਾ ਹੁਣ ਅੰਗਦ ਹੋਏ ਹੈ ਅਭਿਰਾਮ ਗੁਰਤਾ ਗੱਦੀ ਨੂੰ ਪ੍ਰਾਪਤ ਕਰਕੇ ਫਿਰ ਉਸਦਾ ਜਿਹੜਾ ਨਾਮ ਹੈ ਨਾ ਅਭਿਰਾਮ ਸੁੰਦਰ ਅੰਗਦ ਦੇਵ ਹੋਵੇਗਾ ਆਪਣੋ ਸੋ ਸਰੂਪ ਮੈਂ ਧਾਰੂ ਮੈਂ ਆਪਣਾ ਉਹੀ ਸਰੂਪ ਜਿਹੜਾ ਹੈ ਧਾਰਨ ਕਰਾਂਗਾ ਭਗਤ ਭਾਵਨਾ ਭਰੀ ਬਿਥਾਰੂ ਭਗਤੀ ਦੀ ਜਿਹੜੀ ਭਾਵਨਾ ਹੈ ਨਾ ਚੰਗੀ ਤਰ੍ਹਾਂ ਸੰਸਾਰ ਦੇ ਅੰਦਰ ਪ੍ਰਗਟ ਕਰਾਂਗਾ ਦੂਜਾ ਸਰੂਪ ਧਾਰ ਕੇ ਭੇਦ ਰੱਖ ਸਕੀ ਕੋ ਜੈਸ ਜਿਸ ਤਰ੍ਹਾਂ ਕੋਈ ਸਾਡਾ ਭੇਦ ਨਹੀਂ ਜਾਣ ਸਕੇਗਾ ਦੂਸਰ ਭੇਖ ਧਰਾਵ ਮੈਂ ਐਸਾ ਜਿਹੜਾ ਹੈ ਆਪਣਾ ਦੂਸਰਾ ਸਰੂਪ ਧਾਰਨ ਕਰਾਂਗਾ ਭਾਵ ਕਿ ਮੇਰੇ ਵਿੱਚ ਔਰ ਲਹਿਣਾ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਵਿੱਚ ਕੋਈ ਭੇਦ ਨਹੀਂ ਹੋਵੇਗਾ ਇਸ ਤਰ੍ਹਾਂ ਦਾ ਸਰੂਪ ਧਾਰਾਂਗਾ ਕਿਉਂ ਸੁਣ ਕੇ ਮੈਂ ਦੋਏ ਕਰ ਬੰਦੇ ਭਾਈ ਬਾਲਾ ਜੀ ਕਹਿੰਦੇ ਕਿ ਇਸ ਤਰ੍ਹਾਂ ਸੁਣ ਕੇ ਮੈਂ ਆਪਣੇ ਦੋਨੇ ਹੱਥ ਜੋੜੇ ਔਰ ਬੇਨਤੀ ਕੀਤੀ ਬੰਦਨ ਕੀਨ ਚਰਨ ਅਰਬਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਪ੍ਰਭ ਜੀ ਅਬ ਮੁਝਦੇ ਹੋ ਰਜਾਈ ਪ੍ਰਭੂ ਗੁਰੂ ਨਾਨਕ ਸਾਹਿਬ ਜੀਓ ਹੁਣ ਮੈਨੂੰ ਆਗਿਆ ਬਖਸ਼ੋ ਤਲਵੰਡੀ ਮੈਂ ਰਹਾਂ ਜਾਈ ਹੁਣ ਮੈਂ ਤਲਵੰਡੀ ਨਗਰ ਦੇ ਵਿੱਚ ਜਾ ਕੇ ਰਹਿਣਾ ਕਰਾਂ ਬਹੁਰ ਕਿਰਪਾ ਕਰ ਮੇਲੋ ਜਾਬਹੀ ਤੇ ਫਿਰ ਜਦੋਂ ਆਪ ਜੀ ਮੈਨੂੰ ਕਿਰਪਾ ਕਰਕੇ ਆਪਣੇ ਨਾਲ ਮਿਲੋਗੇ ਦਰਸ਼ਨ ਪ੍ਰਾਪਤ ਹੋਏ ਹੈ ਤਬ ਹੀ ਤਦੋਂ ਹੀ ਮੈਨੂੰ ਆਪ ਜੀ ਦੇ ਦਰਸ਼ਨ ਪ੍ਰਾਪਤ ਹੋਣਗੇ ਦਾਸ ਜਾਣ ਚਿਤ ਚੇਤਾ ਕਰੀਏ ਮੈਨੂੰ ਆਪਣਾ ਦਾਸ ਜਾਣ ਕੇ ਚੇਤੇ ਦੇ ਵਿੱਚ ਚੇਤੇ ਕਰਨਾ ਕਰਿਓ ਭੂਲ ਕਹਿਓ ਕਛਿ ਹਿਰਦੈ ਨਾ ਧਰੀਏ ਆਪ ਜੀ ਦੀ ਸੇਵਾ ਦੇ ਵਿੱਚ ਰਹਿੰਦਿਆਂ ਹੋਇਆਂ ਆਪ ਜੀ ਦੀ ਸੇਵਾ ਕਰਦਿਆਂ ਹੋਇਆਂ ਜੇਕਰ ਮੈਂ ਭੁੱਲ ਦੇ ਨਾਲ ਆਪ ਜੀ ਨੂੰ ਕੋਈ ਬਚਨ ਕਿਹਾ ਹੋਵੇ ਤਾਂ ਉਸ ਨੂੰ ਚਿੱਤ ਦੇ ਵਿੱਚ ਚੇਤੇ ਨਾ ਰੱਖਿਓ ਭਾਵ ਮੇਰੀ ਭੁੱਲ ਨੂੰ ਬਖਸ਼ ਨਾ ਕਰਿਓ ਸੁਣ ਕੇ ਸ੍ਰੀ ਗੁਰੂ ਬਚਨ ਉਚਾਰੇ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਹੇ ਤੂੰ ਹਮਸੇ ਨਿਤ ਮਿਲਿਓ ਪਿਆਰੇ ਭਾਈ ਪਿਆਰੇ ਬਾਲੇ ਤੂੰ ਸਦਾ ਸਾਡੇ ਨਾਲ ਮਿਲਿਆ ਹੋਇਆ ਹੈ ਸੰਗੀ ਲੋਕ ਪਰਲੋਕ ਮਝਾਰੀ ਤੂੰ ਤਾਂ ਸਾਡਾ ਲੋਕ ਪਰਲੋਕ ਦਾ ਸੰਗੀ ਹੈ ਕਰਤਿਓ
ਹਮਰੇ ਨਿਤ ਅਨੁਸਾਰੀ। ਸਦਾ ਹੀ ਸਾਡੇ ਅਨੁਸਾਰੀ ਕਰਦਾ ਰਿਹਾ ਹੈ, ਜਿਵੇਂ ਤੈਨੂੰ ਬਚਨ ਕੀਤਾ ਤੂੰ ਉਹਦੇ ਅਨੁਸਾਰੀ ਚੱਲਦਾ ਰਿਹਾ ਹੈ। ਤਨ ਮਿਲਿਓ ਪੁਨ ਵਿਛਰਨ ਹੋਈ, ਜਿਹੜੇ ਤਨ ਸਰੀਰ ਮਿਲੇ ਨੇ ਇਹਨਾਂ ਦਾ ਵਿਛੋੜਾ ਹੁੰਦਾ ਹੈ। ਜਿਨ ਮਨ ਮਿਲੇ ਨਾ ਵਿਛਰੇ ਕੋਈ, ਪਰ ਜਿਨ੍ਹਾਂ ਦੇ ਮਨ ਮਿਲੇ ਹੁੰਦੇ ਨੇ ਉਹਨਾਂ ਦਾ ਕਦੇ ਵਿਛੋੜਾ ਨਹੀਂ ਪੈਂਦਾ। ਸਦਾ ਯਾਦ ਤੂੰ ਹਿਰਦੇ ਹਮਾਰੇ, ਭਾਈ ਬਾਲਿਆ ਤੂੰ ਸਦਾ ਹੀ ਸਾਡੇ ਹਿਰਦੇ ਦੇ ਵਿੱਚ ਯਾਦ ਹੈ। ਪਰਮ ਮੀਤ ਕਿਉਂ ਦੇਹੇ ਵਿਸਾਰੇ, ਸਾਡਾ ਬੜਾ ਵੱਡਾ ਮਿੱਤਰ ਹੈ ਤੈਨੂੰ ਕਿਉਂ ਭੁਲਾਵਾਂਗੇ, ਸਦਾ ਹੀ ਤੈਨੂੰ ਚੇਤੇ ਰੱਖਾਂਗੇ। ਸੁਣ ਕੇ ਪੁਨ ਬੰਧਨ ਮੈਂ ਕੀਨੀ, ਭਾਈ ਬਾਲਾ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਫਿਰ ਮੈਂ ਨਮਸਕਾਰ ਕੀਤੀ। ਗਮਨ ਕੀਨ ਜਬ ਆਏ ਸਦੀਨੀ, ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਗਿਆ ਦਿੱਤੀ ਹੈ, ਫਿਰ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਲੈ ਕੇ ਆਪਣੇ ਨਗਰ ਨੂੰ ਚਲਿਆ ਗਿਆ। ਰਹਿਣ ਦੇਸ਼ ਤਿੰਨ ਮੂਰਤ ਧਿਆਨਾ, ਔਰ ਆਪਣੇ ਘਰ ਦੇ ਵਿੱਚ ਜਾ ਕੇ ਰਾਤ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਰੂਪ ਦਾ ਹੀ ਧਾਰਨ, ਜਿਹੜਾ ਸਰੂਪ ਦਾ ਹੀ ਧਿਆਨ ਧਾਰਦਾ ਰਿਹਾ। ਘਰੋਂ ਹਿਰਦੇ ਹੋਏ ਆਨੰਦ ਮਹਾਨਾ, ਹਿਰਦੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ ਹੀ ਧਾਰਨ ਕਰੀ ਰੱਖਿਆ, ਹੋਏ ਆਨੰਦ ਮਹਾਨਾ, ਜਿਸ ਕਰਕੇ ਮੈਨੂੰ ਬਹੁਤਾ ਹੀ ਆਨੰਦ ਪ੍ਰਾਪਤ ਹੁੰਦਾ ਰਿਹਾ। ਸ੍ਰੀ ਅੰਗਦ ਸੁਣ ਪਰਮ ਵਡੇਰੇ, ਹੇ ਵੱਡੇ ਕਿਰਪਾਲੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੋਨਾ ਕਰੋ, ਬੁੱਧੀ ਜਿੱਤ ਰਿਦ ਸੁਧ ਮੇਰੇ, ਜਿੰਨੀ ਕੁ ਮੇਰੇ ਹਿਰਦੇ ਦੇ ਵਿੱਚ ਸੁਧ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ, ਇਹ ਕਥਾ ਇਹੋ ਦੀਨ ਸੁਣਾਈ, ਇਹ ਸਾਰੀ ਕਥਾ ਜਿਹੜੀ ਮੈਨੂੰ ਚੇਤੇ ਸੀ, ਜਿੰਨੀ ਕੁ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖੀ ਸਾਰੀ ਹੀ ਆਪ ਜੀ ਨੂੰ ਸੁਣਾ ਦਿੱਤੀ ਹੈ। ਬਰਾਬਰ ਕੀ ਮੈਂ ਪਾਏ ਅਰਜਾਈ, ਆਪ ਜੀ ਦੀ ਆਗਿਆ ਨੂੰ ਪਾ ਕੇ ਤਲਵੰਡੀ ਮੈਂ ਰਹਿਓ ਬਹੋਰੀ, ਕਿ ਫਿਰ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਆਗਿਆ ਲੈ ਕੇ ਤਲਵੰਡੀ ਨਗਰ ਦੇ ਵਿੱਚ ਆ ਕੇ ਰਹਿਣ ਲੱਗ ਪਿਆ। ਧਿਆਨ ਕਰੂੰ ਬੰਦੋਂ ਤੇ ਠੋਰੀ, ਉਥੋਂ ਹੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਧਿਆਨ ਧਾਰ ਕੇ ਨਮਸਕਾਰ ਕਰਦਾ ਰਿਹਾ। ਜਦ ਮੈਂ ਸੁਣਿਓ ਦੁਤੀਆ ਕੀਆ ਭੇਖ, ਔਰ ਜਦੋਂ ਮੈਂ ਇਹ ਗੱਲ ਸੁਣੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣਾ ਦੂਜਾ ਜਿਹੜਾ ਭੇਖ ਹੈ ਸਰੂਪ ਹੈ ਧਾਰਨ ਕੀਤਾ ਹੈ, ਦਰਸ ਹੇਤ ਪੀ ਚਾਹੇ ਵਿਸ਼ੇਖ, ਦਰਸ਼ਨਾਂ ਦੀ ਮੈਨੂੰ ਬਹੁਤ ਹੀ ਇੱਛਾ ਹੋਈ, ਤਤ ਸ਼ਿਨ ਤੁਮਰੇ ਆਏ ਸਮੀਪ, ਔਰ ਆਪ ਜੀ ਦੇ ਬਾਰੇ ਸੁਣ ਕੇ ਛੇਤੀ ਮੈਂ ਆਪ ਜੀ ਦੇ ਪਾਸ ਆਇਆ। ਵਰਸੇ ਤੁਮ ਤ੍ਰਿਹਣ ਕੁਲ ਦੀਪ, ਤ੍ਰਿਹਣਾ ਦੇ ਕੁਲ ਦੇ ਦੀਵਾ ਸਰੂਪ ਗੁਰੂ ਅੰਗਦ ਸਾਹਿਬ ਮਹਾਰਾਜ ਆ ਕੇ ਆਪ ਜੀ ਦੇ ਦਰਸ਼ਨ ਕੀਤੇ। ਓ ਸ਼੍ਰੀ ਨਾਨਕ ਹੋ ਤੁਮ ਓਹੀ, ਓਹੀ ਆਪ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਰੂਪ ਹੋ, ਐ ਪ੍ਰਤੀ ਤਤ ਸ਼ੈ ਦ੍ਰਿੜ ਮੋਹੀ, ਮੇਰੇ ਮਨ ਦੇ ਅੰਦਰ ਜਿਹੜੀ ਹੈ ਇਹ ਦ੍ਰਿੜ ਪੱਕੀ ਜਿਹੜੀ ਸ਼ਰਧਾ ਹੈ ਭਰੋਸਾ ਪ੍ਰਤੀਤ ਹੈ ਕਿ ਆਪ ਜੀ ਹੀ ਗੁਰੂ ਨਾਨਕ ਸਾਹਿਬ ਹੋ, ਆਪਣੀ ਕਥਾ ਆਪ ਲਿਖਵਾਈ, ਆਪ ਜੀ ਨੇ ਆਪਣੀ ਕਥਾ ਆਪ ਹੀ ਲਿਖਵਾਈ ਹੈ। ਦਾਸ ਜਾਨ ਮੁਜ ਦੀਨ ਵਡਾ, ਆਪ ਜੀ ਨੇ ਮੈਨੂੰ ਆਪਣਾ ਦਾਸ ਜਾਨ ਕੇ ਵਡਿਆਈ ਬਖਸ਼ੀ ਹੈ। ਸਭ ਦੇ ਅੰਤਰ ਜਾਮੀ ਜਾਣੂ ਹੋ, ਆਪ ਜੀ ਸਾਰਿਆਂ ਤਰ੍ਹਾਂ ਕਰਕੇ ਅੰਤਰ ਜਾਮੀ ਹੋ, ਸਾਰੀਆਂ ਗੱਲਾਂ ਨੂੰ ਜਾਣਨ ਹਾਰੇ ਹੋ। ਤੀਨ ਕਾਲ ਕੀ ਬਾਤ ਵਖਾਨੋ, ਆਪ ਜੀ ਤਿੰਨਾਂ ਸਮਿਆਂ ਦੀ ਗੱਲ ਨੂੰ ਦੱਸਣ ਵਾਲੇ ਹੋ। ਸੁਣੀ ਕਥਾ ਸ੍ਰੀ ਅੰਗਦ ਜਬ ਹੀ, ਜਦੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਸੰਪੂਰਨ ਗੁਰੂ ਨਾਨਕ ਸਾਹਿਬ ਦੀ ਕਥਾ ਸੁਣੀ ਹੈ, ਹਰਖਤੋਰ ਮੁਖ ਬੋਲੇ ਤਬ ਹੀ, ਸਤਿਗੁਰੂ ਮਹਾਰਾਜ ਜੀ ਹਿਰਦੇ ਚ ਖੁਸ਼ ਹੋ ਕੇ ਮੁਖ ਤੋਂ ਬਾਣੀ ਬੋਲੇ, ਸੁਣ ਬਾਲੇ ਸ੍ਰੀ ਗੁਰ ਸਮ ਤੁਮ ਹੋ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਬਾਲਿਆ ਸੁਣਨਾ ਕਰ, ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਹੁਤ ਹੀ ਪਿਆਰਾ ਸਿੱਖ ਹੈ। ਧੰਨ ਧੰਨ ਪੁੰਨ ਧੰਨ ਜਨਮ ਹੋ, ਤੂੰ ਧੰਨ ਹੈ ਔਰ ਫਿਰ ਤੇਰਾ ਜਨਮ ਜਿਹੜਾ ਉਹ ਵੀ ਧੰਨ ਹੈ। ਵਿਦਵਾਨ ਮਹਾਂਪੁਰਖ ਤਿੰਨ ਵਾਰ ਜੋ ਧੰਨ ਧੰਨ ਹੈ ਇਸ ਦਾ ਇਉਂ ਵੀ ਅਰਥ ਕਰਦੇ ਨੇ ਕਿ ਤੇਰੀ ਮਾਤਾ ਵੀ ਧੰਨ ਹੈ, ਤੇਰਾ ਪਿਤਾ ਵੀ ਧੰਨ ਹੈ ਔਰ ਤੇਰਾ ਜਨਮ ਵੀ ਧੰਨ ਹੈ। ਦੋਹਰਾ ਤੁਮਰੋ ਮੁਖ ਰਾਂਕਾ ਸਖੀ ਸੁਦਾ ਗਿਰਾ ਸਮ ਪਾਏ, ਭਾਈ ਬਾਲਾ ਜੀ ਤੁਹਾਡਾ ਜਿਹੜਾ ਮੁਖ ਹੈ ਨਾ ਇਹ ਪੂਰਨਮਾਸੀ ਦਾ ਚੰਦਰਮਾ ਹੈ, ਤੁਹਾਡੀ ਜਿਹੜੀ ਬਾਣੀ ਹੈ ਨਾ ਅੰਮ੍ਰਿਤ ਦੇ ਸਮਾਨ ਹੈ। ਸਿੱਖ ਬਿੰਦਾਰਕ ਪੀ ਵਹੇ ਨਿਤ ਪ੍ਰਤਨ ਹੀ ਅਗਹਾਏ, ਇਹ ਜਿਹੜੇ ਸਿੱਖਾਂ ਰੂਪੀ ਦੇਵਤੇ ਹੈ ਨਾ
ਤੇਰੇ ਮੁਖ ਤੋਂ ਨਿਕਲਣ ਵਾਲੀ ਜਿਹੜੀ ਬਾਣੀ ਹੈ ਉਸ ਨੂੰ ਪੀ ਕੇ ਰੱਜਦੇ ਨਹੀਂ ਹਨ। ਭਾਵ ਕੇ ਜਿਹੜੀ ਤੂੰ ਕਥਾ ਸੁਣਾਈ ਹੈ ਨਾ ਇਹ ਬੜੀ ਪਰਮ ਪਵਿੱਤਰ ਹੈ, ਇਸ ਨੂੰ ਸੁਣ ਕੇ ਇਹ ਸਿੱਖਾਂ ਰੂਪੀ ਦੇਵਤੇ ਰੱਜਦੇ ਨਹੀਂ। ਇਸ ਕੀ ਮਹਿਮਾ ਕਹੀ ਨਾ ਜਾਏ, ਇਹ ਜਿਹੜੀ ਤੂੰ ਕਥਾ ਸੁਣਾਈ ਹੈ ਲਿਖਵਾਈ ਹੈ ਇਸ ਦੀ ਮਹਿਮਾ ਕਹੀ ਨੀ ਜਾ ਸਕਦੀ, ਬੇਅੰਤ ਮਹਿਮਾ ਹੈ। ਸੁਣ ਕੇ ਚਾਰ ਪਦਾਰਥ ਪਾਏ, ਜਿਹੜਾ ਇਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਨੂੰ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਸੁਣੇਗਾ ਉਹ ਸੁਣ ਕੇ ਚਾਰ ਪਦਾਰਥਾਂ ਨੂੰ ਪ੍ਰਾਪਤ ਕਰੇਗਾ, ਧਰਮ ਅਰਥ ਕਾਮ ਮੋਖ ਦੀ ਉਸ ਨੂੰ ਪ੍ਰਾਪਤੀ ਹੋਵੇਗੀ। ਨਹੀਂ ਅਲੱਭ ਵਸਤੂ ਹੋਏ ਕੋਈ, ਇੱਥੇ ਹੀ ਬਸ ਨੇ, ਐਸੀ ਕੋਈ ਵੀ ਅਲੱਭ ਵਸਤੂ ਨਹੀਂ ਹੋਵੇਗੀ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਸੁਣਨ ਵਾਲੇ ਨੂੰ ਨਾ ਪ੍ਰਾਪਤ ਹੋਵੇ। ਭਾਵ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਸ਼੍ਰਵਣ ਕਰਨ ਵਾਲੇ ਨੂੰ ਜਿਹੜੀ ਹੈ ਹਰ ਵਸਤੂ ਦੀ ਪ੍ਰਾਪਤੀ ਹੋਵੇਗੀ। ਜਿਉਂ ਪਾਰਸ ਧਨ ਟੋਟ ਨਾ ਹੋਈ, ਜਿਸ ਤਰ੍ਹਾਂ ਜਿਵੇਂ ਕਿਸੇ ਦੇ ਕੋਲ ਪਾਰਸ ਦੀ ਵੱਟੀ ਹੋਵੇ, ਪਾਰਸ ਪੱਤਰ ਹੋਵੇ, ਉਹਦੇ ਕੋਲ ਧਨ ਦੀ ਕਮੀ ਨਹੀਂ ਰਹਿੰਦੀ, ਇਸੇ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਇਤਿਹਾਸ ਹੈ ਇਹ ਪਾਰਸ ਦੀ ਨਿਆਈ ਹੈ। ਪਰ ਉਪਕਾਰ ਕੀ ਉਹ ਜਗ ਪਰ ਤੁਮ, ਭਾਈ ਬਾਲਿਆ ਤੂੰ ਜਗ ਸੰਸਾਰ ਦੇ ਉੱਪਰ ਬੜਾ ਵੱਡਾ ਪਰ ਉਪਕਾਰ ਕੀਤਾ ਹੈ। ਮਹਿਮਾ ਅਪਰਨਾ ਕੋ ਇਸ ਕੇ ਸਮ, ਇਹਦੇ ਬਰਾਬਰ ਹੋਰ ਕੋਈ ਮਹਿਮਾ ਨਹੀਂ ਹੈ। ਸੁਣੇ ਪੜੇ ਨਿਹਿਤ ਕਰ ਪੁਨ ਸੁਣੇ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਨੂੰ ਇਤਿਹਾਸ ਨੂੰ ਪ੍ਰੇਮ ਕਰਕੇ ਪੜਨਗੇ ਔਰ ਸੁਣਗੇ, ਪ੍ਰੀਤ ਕਰਹਿ ਸ੍ਰੀ ਗੁਰ ਗੁਣ ਗੁਣ ਹੈ, ਪ੍ਰੇਮ ਦੇ ਸਹਿਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਣਾਂ ਦੀ ਵਿਚਾਰ ਕਰਨਗੇ। ਕਲੁਖ ਬਿਪਲ ਬਿਕਾਲੇ ਪ੍ਰਾਹੀ, ਉਹਦੇ ਜਿਹੜੇ ਸਾਰੇ ਕੀਤੇ ਹੋਏ ਪਾਪ ਹੋਣਗੇ ਡਰ ਕੇ ਨਸ ਜਾਣਗੇ, ਉਹਦੇ ਸਾਰੇ ਪਾਪ ਦੂਰ ਹੋਣਗੇ। ਲਹਿਜਾ ਧਰੇ ਸ਼ਾਂਤ ਹੋਏ ਆਹੀ, ਜੋ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਸੁਣ ਕੇ ਨਿਸ਼ਚੇ ਨੂੰ ਧਾਰੇਗਾ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਕਰੇਗਾ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਤੇ, ਸ਼ਾਂਤ ਹੋਏ ਆਏ ਉਸ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਸ੍ਰੀ ਨਾਨਕ ਪਦ ਪੰਕਜ ਮਾਹੀ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਵਿੱਚ, ਸ਼ਰਧਾ ਵਧੇ ਮੁਕਤ ਫਲ ਤਾਹੀ, ਜੋ ਵੀ ਕਥਾ ਸੁਣੇਗਾ ਉਸਦੀ ਸ਼ਰਧਾ ਵਧੇਗੀ ਔਰ ਮੁਕਤੀ ਦਾ ਫਲ ਪ੍ਰਾਪਤ ਹੋਵੇਗਾ। ਕੌਣ ਬਾਲੇ ਬੰਦੇ ਦੋਏ ਹੱਥ, ਭਾਈ ਬਾਲਾ ਜੀ ਨੇ ਦੋਨੇ ਹੱਥ ਜੋੜੇ ਨੇ, ਬੋਲਿਓ ਬਚਨ ਸੁਣੋ ਮਾਮਨਾਥ, ਭਾਈ ਬਾਲਾ ਕਹਿੰਦਾ ਮੇਰੇ ਨਾਥ ਮਾਲਕ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੋਨਾ ਕਰੋ, ਭਾਇਓ ਹਜ਼ੂਰ ਜਿਤੋ ਇਤਿਹਾਸ, ਜਿਤਨਾ ਕ ਮੇਰੀ ਹਜ਼ੂਰੀ ਦੇ ਵਿੱਚ ਭਾਵ ਕੇ ਜਿੰਨਾ ਕ ਮੈਂ ਇਤਿਹਾਸ ਦੇਖਿਆ ਔਰ ਸੁਣਿਆ ਹੈ, ਸੋ ਵਰਨਨ ਕੀਨੋ ਤੁਧ ਪਾਸ, ਸਾਰੇ ਜਿਹੜਾ ਹੈ ਮੈਂ ਆਪ ਜੀ ਦੇ ਪਾਸ ਵਰਨਨ ਕਰ ਦਿੱਤਾ ਹੈ, ਆਪ ਜੀ ਨੂੰ ਸੁਣਾ ਦਿੱਤਾ ਹੈ। ਇਸ ਅੱਗੇ ਸੁਧ ਮੋਹੇ ਨਾ ਕੋ, ਇਸ ਤੋਂ ਅੱਗੇ ਮੈਨੂੰ ਕੋਈ ਖਬਰ ਨਹੀਂ ਹੈ, ਇਸ ਤੋਂ ਅੱਗੇ ਕੀ ਹੋਇਆ ਉਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ, ਰਾਵਰ ਸਰਬ ਗਿਆਨ ਹੋ ਸੋ, ਆਪ ਜੀ ਸਭ ਕੁਝ ਜਾਣਨ ਹਾਰੇ ਹੋ, ਜਰਾ ਗ੍ਰਸੀ ਅਵਕਾਇਆ ਮੇਰੀ, ਜਿਹੜੀ ਮੇਰੀ ਦੇਹੀ ਸਰੀਰ ਹੈ ਨਾ ਇਸ ਨੂੰ ਹੁਣ ਬੁਢੇਪੇ ਨੇ ਗ੍ਰਸ ਲਿਆ ਹੈ, ਲਖਵਾਰ ਬਲਾ ਭਈ ਬਢੇਰੀ, ਆਪ ਜੀ ਜਾਣਨਾ ਕਰੋ ਮੇਰੀ ਜਿਹੜੀ ਉਮਰ ਹੈ ਨਾ ਹੁਣ ਬਹੁਤੀ ਜ਼ਿਆਦਾ ਹੋ ਗਈ ਹੈ, ਇਹ ਅਬ ਛੁਟੈ ਬਚਨ ਨਿਜ ਕਰੀਏ, ਆਪ ਜੀ ਹੁਣ ਬਚਨ ਕਰੋ ਕਿ ਇਹ ਜਿਹੜੀ ਮੇਰੀ ਦੇਹੀ ਹੈ ਇਹ ਛੁੱਟ ਜਾਵਾਂ, ਇਹ ਜਿਹੜੀ ਦੇਹੀ ਹੈ ਇਹਦੇ ਤੋਂ ਮੈਂ ਮੁਕਤ ਹੋ ਜਾਣਾ ਕਰਾਂ, ਜਗ ਸਾਗਰ ਤੇ ਮੋਹੇ ਉਧਰੀਏ, ਆਪ ਜੀ ਕਿਰਪਾ ਕਰਕੇ ਮੈਨੂੰ ਸੰਸਾਰ ਸਮੁੰਦਰ ਤੋਂ ਉਧਾਰ ਨਾ ਕਰੋ, ਮੇਰਾ ਉਧਾਰ ਕਰੋ। ਸ੍ਰੀ ਅੰਗਦ ਸੁਣ ਕੇ ਮੁਸਕਾਨੇ, ਸੁਣ ਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਮੁਸਕਰਾਏ ਨੇ, ਕਿਉਂ ਅਸ ਆਪ ਉਤਾਇਲ ਠਾਨੇ, ਭਾਈ ਬਾਲਿਆ ਤੂੰ ਕਿਉਂ ਇੰਨੀ ਕਾਹਲ ਨੂੰ ਧਾਰਨ ਕੀਤਾ, ਇੰਨੀ ਕਾਹਲ ਕਿਉਂ ਕਰਦਾ ਹੈ, ਆਪ ਦੋਏ ਮਾਸ ਬੈਸ ਹੈ ਤੇਰੀ, ਅਜੇ ਤਾਂ ਦੋ ਮਹੀਨੇ ਹੋਰ ਤੇਰੀ ਉਮਰ ਹੈ, ਉਨ ਸਰੀਰ ਹੈ ਭਸਮ ਸੋ ਢੇਰੀ, ਦੋ ਮਹੀਨਿਆਂ ਬਾਅਦ ਤੇਰਾ ਜਿਹੜਾ ਸਰੀਰ ਹੈ ਨਾ ਇਹ ਭਸਮ ਦੀ ਢੇਰੀ ਬਣ ਜਾਵੇਗਾ, ਤਬ ਲਗ ਹਮ ਟਿਗਰ ਹੋ ਹਿਤ ਸਥ, ਉਨਾ ਚਿਰ ਪ੍ਰੇਮ ਦੇ ਨਾਲ ਸਾਡੇ ਪਾਸ ਰਹਿਣਾ ਕਰ, ਪਰ ਚਹੋ ਸੁਣੋ ਕਰੋ ਗੁਰਗਥ, ਹੋਰ ਜਿਹੜੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਨੂੰ ਕਹਿਣਾ ਕਰ ਸੁਣਨਾ ਕਰ,
ਔਰ ਸਤਸੰਗਤ ਦੇ ਵਿੱਚ ਪਰਚਨਾ ਕਰ। ਸੁਣ ਕੇ ਹਰਖਤ ਹੋਏ ਕਰ ਬਾਲਾ, ਸੁਣ ਕੇ ਭਾਈ ਬਾਲਾ ਬਹੁਤ ਖੁਸ਼ ਹੋਇਆ ਹੈ। ਰਹੋ ਸਮੀਪ ਸੁਖਦ ਤੇ ਕਲ, ਸੁਖਾਂ ਦੇ ਦਾਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਰਿਹਾ ਹੈ। ਕਹੇ ਸੁਣੈ ਗੁਰ ਕੇ ਗੁਣ ਔਰੀ, ਅਤੇ ਹੋਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਣਾਂ ਨੂੰ ਕਹਿੰਦਾ ਹੈ ਔਰ ਸੁਣਦਾ ਹੈ। ਮਾਸ ਜਬ ਬਿਤੇ ਬੋਹਰੀ, ਜਦੋਂ ਦੋ ਮਹੀਨੇ ਬਤੀਤ ਹੋ ਗਏ। ਪਰਾ ਲਬਦ ਭੋਗੀ ਨਿਜ ਜਬ ਹੀ, ਜਦੋਂ ਭਾਈ ਬਾਲਾ ਜੀ ਨੇ ਆਪਣੀ ਪਰਾ ਲਬਦ ਨੂੰ ਭੋਗਿਆ ਹੈ। ਆਯੋ ਸਮਾਂ ਤਨ ਬਿਨ ਸਿਨ ਤਬ ਹੀ, ਜਦੋਂ ਫਿਰ ਭਾਈ ਬਾਲਾ ਜੀ ਦੇ ਸਰੀਰ ਦੇ ਨਾਸ ਹੋਣ ਦਾ ਸਮਾਂ ਆਇਆ ਹੈ। ਸ੍ਰੀ ਅੰਗਦ ਕੋ ਕਰ ਕੇ ਬੰਦਨ, ਭਾਈ ਬਾਲਾ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਕੇ, ਬਹੁਰ ਧਿਆਨ ਧਾਰ ਦੋਖ ਨਕੰਦਨ, ਦੁਖਾਂ ਨੂੰ ਨਾਸ ਕਰਨ ਹਾਰੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ, ਕਰਨੇ ਕੋ ਪਨੀਤ ਕਰਵਾਏ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨੂੰ ਜਿਹੜਾ ਹੈ ਹੁਕਮ ਕਰਕੇ ਧਰਤੀ ਨੂੰ ਪਵਿੱਤਰ ਕਰਵਾਇਆ ਹੈ। ਸ੍ਰੀ ਨਾਨਕ ਔਰ ਧਿਆਏ, ਭਾਈ ਬਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹਿਰਦੇ ਦੇ ਵਿੱਚ ਧਿਆ ਕੇ ਔਰ ਜਿਹੜੀ ਧਰਤੀ ਪਵਿੱਤਰ ਕਰਵਾਈ ਸੀ ਉੱਥੇ ਲੇਟ ਗਿਆ ਹੈ। ਤਨਕ ਬਿਖਾਏ ਨਿਜ ਤਨ ਕੋ ਤਿਆਗੀ, ਤਨਕ ਤੋਂ ਭਾਵ ਹੈ ਥੋੜੇ ਸਮੇਂ ਦੇ ਵਿੱਚ ਹੀ ਆਪਣੇ ਸਰੀਰ ਨੂੰ ਛੱਡ ਕੇ, ਪੰਚੋ ਪਰਮ ਪਦਮ ਬੜ ਭਾਗੀ, ਵੱਡਿਆਂ ਭਾਗਾਂ ਵਾਲਾ ਭਾਈ ਬਾਲਾ ਪਰਮ ਪਦ ਦੇ ਵਿੱਚ ਜਿਹੜਾ ਹੈ ਜਾ ਕੇ ਪ੍ਰਾਪਤ ਹੋਇਆ ਹੈ, ਕੇਵਲ ਮੁਕਤੀ ਦੀ ਪ੍ਰਾਪਤੀ ਹੋਈ ਹੈ। ਸ੍ਰੀ ਅੰਗਦ ਮਹਿ ਜੋਤ ਸਮਾਨੀ, ਭਾਈ ਬਾਲੇ ਦੀ ਜੋਤ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਵਿੱਚ ਸਮਾ ਗਈ ਹੈ, ਲੀਨ ਹੋ ਗਈ ਹੈ। ਜੋ ਪਾਣੀ ਮਹਿ ਮਿਲ ਹੈ ਪਾਣੀ, ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ। ਸ਼ਨ ਸ੍ਰੀ ਤ੍ਰੇਹਣ ਕੋਲ ਰਾਈ, ਇਸ ਸਮੇਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਕਹਿ ਕੇ ਭਲੀ ਚਿਖਾ ਕਰਵਾਈ, ਚੰਗੀ ਤਰ੍ਹਾਂ ਜਿਹੜੀ ਹੈ ਉਹ ਚਿਖਾ ਤਿਆਰ ਕਰਵਾਈ ਹੈ। ਸਿੱਖਣ ਤੇ ਤਨ ਕੋ ਉਚਵਾਏ, ਸਿੱਖਾਂ ਤੋਂ ਭਾਈ ਬਾਲਾ ਦੇ ਮ੍ਰਿਤਕ ਸਰੀਰ ਨੂੰ ਉਠਾ ਕੇ ਰਾਖੋ ਉੱਪਰ ਤਾਹੇ ਬਣਾਏ, ਉਸ ਚਿਖਾ ਦੇ ਉੱਪਰ ਰੱਖਿਆ ਹੈ ਸੰਸਕਾਰ ਕਰਨ ਦੇ ਲਈ। ਬਾਹਰੋਂ ਆਪ ਨਿਕਲ ਚੱਲ ਆਏ, ਅਤੇ ਬਾਹਰ ਫਿਰ ਆਪ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਭਾਈ ਬਾਲਾ ਦੇ ਮ੍ਰਿਤਕ ਸਰੀਰ ਦੇ ਪਾਸ ਚੱਲ ਕੇ ਆਏ ਨੇ। ਤ੍ਰਿਣ ਕੋ ਅਗਨੀ ਕੋ ਹਾਥ ਉਚਾਏ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਵਿੱਚ ਉਹ ਜਿਹੜੀ ਅੱਗ ਹੈ ਨਾ, ਅੱਗ ਵਾਲਾ ਜਿਹੜਾ ਚੰਡਾ ਹੈ ਆਪਣੇ ਹੱਥਾਂ ਦੇ ਵਿੱਚ ਫੜਿਆ ਹੈ। ਬਾਬ ਸਿੱਖ ਵਰਜ ਰਹੇ ਬਹੁ ਬਾਰੀ, ਬਹੁਤਿਆਂ ਸਿੱਖਾਂ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਰੋਕਿਆ ਹੈ। ਨਿਜ ਕਰ ਸੰਗ ਦਾਹੋ ਦੇਹ ਜਾਰੀ, ਫਿਰ ਵੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਜਿਹੜਾ ਹੈ ਭਾਈ ਬਾਲਾ ਜੀ ਦਾ ਸੰਸਕਾਰ ਕੀਤਾ ਹੈ। ਸਤਿਗੁਰ ਕੋ ਸੇਵਕ ਪਿਆਰੇ, ਜਿਹੜੇ ਸਿੱਖ ਸੇਵਕ ਸਤਿਗੁਰੂ ਮਹਾਰਾਜ ਜੀ ਨੂੰ ਪਿਆਰੇ ਹੁੰਦੇ ਹਨ, ਵਰਨਾ ਕਿਸ ਗਿਣਤੀ ਔਰ ਧਾਰੇ, ਸਤਿਗੁਰੂ ਮਹਾਰਾਜ ਜੀ ਉਹਨਾਂ ਦੇ ਬਾਰੇ ਆਪਣੇ ਹਿਰਦੇ ਦੇ ਵਿੱਚ ਕੋਈ ਗਿਣਤੀ ਮਿਣਤੀ ਨਹੀਂ ਰੱਖਦੇ, ਆਪਣੇ ਸਰੂਪ ਕਰਕੇ ਜਾਣਦੇ ਨੇ। ਬੈਠ ਬਹੁ ਬੈਸੇ ਬਹੁਰ ਸਰਬ ਸਿੱਖ ਮਾਹੀ, ਭਾਈ ਬਾਲਾ ਜੀ ਦਾ ਸੰਸਕਾਰ ਕਰਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਫਿਰ ਸਿੱਖਾਂ ਦੇ ਵਿੱਚ ਆ ਕੇ ਬਿਰਾਜਮਾਨ ਹੋਏ ਨੇ। ਬਾਲੇ ਕੀ ਉਹ ਤਤ ਬਹੁ ਪ੍ਰਾਹੀ, ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਬਾਲਾ ਜੀ ਦੀ ਬਹੁਤ ਹੀ ਸਿਫਤ ਕੀਤੀ ਹੈ। ਧੰਨ ਧੰਨ ਸਭ ਹੀ ਨਰ ਕਰਹੀ, ਸੁਣ ਕੇ ਸਾਰੇ ਹੀ ਮਨੁੱਖ ਸਿੱਖ ਭਾਈ ਬਾਲਾ ਜੀ ਨੂੰ ਧੰਤਾ ਦੇ ਯੋਗ ਕਹਿੰਦੇ ਨੇ। ਸ੍ਰੀ ਨਾਨਕ ਹਿਤਕਾਰੀ ਕਹਿੰਦੇ ਨੇ ਕਿ ਭਾਈ ਬਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਹੁਤ ਹੀ ਪ੍ਰੇਮੀ ਸਿੱਖ ਸੀ। ਅਧਿਆਇ ਸਮਾਪਤ। ਆਪ ਸ੍ਰੀ ਅੰਗਦ ਕੀ ਸੁਣ ਕਥਾ। ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਅੱਗੇ ਆਪ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਜਿਹੜੀ ਕਥਾ ਹੈ ਉਹ ਲਿਖ ਰਹੇ ਹਨ। ਇੱਥੇ ਜਿਹੜਾ ਹੈ ਭਾਈ ਬਾਲਾ ਜੀ ਦਾ ਪ੍ਰਸੰਗ ਸਮਾਪਤ ਹੁੰਦਾ ਹੈ। ਪੋਥੀ ਦੇ ਵਿੱਚ ਜਿਹੜੀ ਇਹ ਗੱਲ ਆਉਂਦੀ ਸੀ ਸ਼੍ਰੀ ਬਾਲਾ ਸੰਧੁਰਵਾਚ, ਉਹਦਾ ਅਰਥ ਸੀ ਕਿ ਸ਼ਿਰੋਮਣੀ ਭਾਈ ਬਾਲਾ ਜੀ ਜਿਨ੍ਹਾਂ ਦੀ ਸੰਧੂ ਗੋਤ ਹੈ ਅਵਾਚ ਕਥਨ ਕਰਦੇ ਨੇ, ਉਹ ਜਿਹੜਾ ਪ੍ਰਕਰਨ ਸੀ ਉਹ ਜਿਹੜਾ ਵਿਸ਼ਾ ਸੀ ਉਹਦੀ ਇੱਥੇ ਸਮਾਪਤੀ ਹੁੰਦੀ ਹੈ। ਇਸ ਤੋਂ ਅੱਗੇ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਹੈ, ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਆਪ ਜਿਹੜੀ ਹੈ ਉਹਦੀ ਖੋਜ ਕਰਕੇ ਆਪ ਪੜਤਾਲ ਕਰਕੇ ਅੱਗੇ ਸਾਰਾ ਇਤਿਹਾਸ ਲਿਖਿਆ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਆਪ ਸ੍ਰੀ ਅੰਗਦ ਕੀ ਸੁਣ ਕਥਾ ਕੇ ਸਰੋਤਾ ਜਨੋ
ਹੁਣ ਤਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੀ ਅੱਗੇ ਕਥਾ ਸੁਣਨਾ ਕਰੋ। ਭਾਈ ਜਸਾ ਉਚਰੂ ਮੈਂ ਤਥਾ, ਜਿਸ ਤਰ੍ਹਾਂ ਅੱਗੇ ਹੋਈ ਹੈ ਉਸੇ ਤਰ੍ਹਾਂ ਮੈਂ ਕਹਿੰਦਾ ਹਾਂ। ਜੰਗਲ ਮੱਤੇ ਜੁਹਤੀ ਸਰਾਏ, ਜਿਹੜੀ ਜੰਗਲ ਦਾ ਅਰਥ ਹੈ ਮਾਲਵਾ ਦੇਸ਼। ਜਿਹੜਾ ਮਾਲਵਾ ਦੇਸ਼ ਹੈ ਇਹਨੂੰ ਜੰਗਲ ਦਾ ਦੇਸ਼ ਕਿਹਾ ਜਾਂਦਾ ਹੈ ਕਿ ਜੰਗਲ ਦੇਸ਼ ਦੇ ਵਿੱਚ ਜਿਹੜੀ ਹੈ ਮਾਲਵੇ ਦੇ ਵਿੱਚ ਮਤੇ ਜੋ ਹੁਤੀ ਸਰਾਏ, ਜਿਹੜੀ ਮਤੇ ਦੀ ਸਰਾਂ ਸੀ, ਮੁੜ ਕੇ ਉਸ ਨੂੰ ਨਾਂਗੇ ਦੀ ਸਰਾਂ ਵੀ ਕਹਿੰਦਾ ਕਿਹਾ ਜਾਂਦਾ ਰਿਹਾ, ਹੁਣ ਤੱਕ ਕਹਿੰਦੇ ਨੇ। ਔਰ ਉਸੇ ਨਗਰ ਦਾ ਜਿਹੜਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਨਾਮ ਤੇ ਨਾਮ ਰੱਖਿਆ ਸ਼੍ਰੀ ਅੰਗਦਪੁਰ ਸਾਹਿਬ। ਕਵੀ ਜੀ ਲਿਖਦੇ ਨੇ ਕਿ ਜੰਗਲ ਮਤੇ ਜੋ ਹੁਤੀ ਸਰਾਏ, ਕਿ ਜਿਹੜੀ ਮਾਲਵੇ ਦੇਸ਼ ਦੇ ਵਿੱਚ ਮਤੇ ਦੀ ਸਰਾਂ ਹੈ। ਮਾਨ ਪੁਨੀਤ ਫੇਰੂ ਮਲ ਤਹਿ ਥਾਏ, ਜਿਸ ਥਾਂ ਤੇ ਫੇਰੂ ਮਲ ਜੀ ਜਿਨ੍ਹਾਂ ਦਾ ਮਨ ਬੜਾ ਪੁਨੀਤ ਪਵਿੱਤਰ ਹੈ ਤਿਸ ਥਾਂ ਤੇ ਰਹਿੰਦੇ ਹਨ ਮਤੇ ਦੀ ਸਰਾਂ ਤੇ। ਤ੍ਰਿਹਣ ਗੋਤ ਛਤਰੀ ਜਿਹੇ ਜਾਤੀ, ਜਿਨ੍ਹਾਂ ਦੀ ਤ੍ਰਿਹਣ ਕੁਲ ਹੈ ਔਰ ਛਤਰੀ ਜਾਤੀ ਹੈ। ਕਰਮ ਧਰਮ ਮੈਂ ਸਭ ਖਿਆਤੀ, ਜਿਹੜੇ ਹਰ ਤਰ੍ਹਾਂ ਕਰਕੇ ਕਰਮ ਕਰਨ ਦੇ ਵਿੱਚ ਔਰ ਧਰਮ ਦੇ ਵਿੱਚ ਪ੍ਰਗਟ ਹਨ। ਕਰ ਜਨਮਿਓ ਸੁੱਤ ਸੁਖਦਾਈ, ਉਹਨਾਂ ਦੇ ਘਰ ਦੇ ਵਿੱਚ ਸੁਖਾਂ ਨੂੰ ਦੇਣ ਵਾਲੇ ਪੁੱਤਰ ਦਾ ਜਨਮ ਹੋਇਆ ਹੈ। ਲਹਿਣਾ ਨਾਮ ਧਰਿਓ ਹਿਤ ਲਾਈ, ਪਰਿਵਾਰ ਨੇ ਬੜੇ ਹੀ ਪ੍ਰੇਮ ਦੇ ਨਾਲ ਉਹਦਾ ਜਿਹੜਾ ਨਾਮ ਲਹਿਣਾ ਰੱਖਿਆ ਹੈ। ਜਨਮਤ ਭਗਤ ਸੰਗ ਜਿਸ ਆਈ, ਜਿਸ ਦੇ ਜਨਮ ਦੇ ਨਾਲ ਹੀ ਭਾਵ ਕੇ ਪ੍ਰਕਾਸ਼ ਤੋਂ ਹੀ ਭਗਤੀ ਨਾਲ ਹੀ ਆਈ ਹੈ। ਕਦੋਂ ਤਾਹੇ ਨਿਜ ਦੇਹੇ ਬਣਾਈ, ਕਦੋਂ ਕਵੀ ਜੀ ਲਿਖਦੇ ਨੇ ਕਿ ਜਾਂ ਫਿਰ ਮੰਨ ਲੈਣਾ ਕਰੋ ਕਿ ਭਗਤੀ ਨੇ ਹੀ ਆਪਣੀ ਦੇਹੀ ਸਰੀਰ ਨੂੰ ਬਣਾਇਆ ਹੋਵੇ। ਧੀਰਜ ਖਿਮਾ ਭੁਜਾ ਜਿਹੇ ਸੋ ਹੈ, ਜਿਹੜੀਆਂ ਦੋ ਬਾਹਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ ਭਾਵ ਕੇ ਭਾਈ ਲਹਿਣਾ ਜੀ ਦੀਆਂ, ਉਹ ਇਹ ਸਮਝ ਲੈਣਾ ਕਰੋ ਕਿ ਧੀਰਜ ਤੇ ਖਿਮਾ ਹੀ ਸੋਭਾ ਪਾਉਂਦੇ ਹਨ। ਹਜ਼ਾਰ ਜਰਨ ਸ਼ੁਭਰਤਾ ਭਇਓ ਹੈ, ਔਰ ਜਿਹੜਾ ਭਾਈ ਲਹਿਣਾ ਦਾ ਹਿਰਦਾ ਹੈ ਉਹ ਅਜਰ ਸ਼ਕਤੀਆਂ ਨੂੰ ਜਰਨ ਵਾਲਾ ਹੈ। ਅਜਰ ਉਸ ਚੀਜ਼ ਨੂੰ ਕਹਿੰਦੇ ਨੇ ਜਿਹੜੀ ਚੀਜ਼ ਜਰੀ ਨਾ ਜਾ ਸਕੇ, ਪਰ ਭਾਈ ਲਹਿਣਾ ਭਾਵ ਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਉਹ ਹਿਰਦਾ ਹੈ ਜਿਹੜਾ ਅਜਰ ਸ਼ਕਤੀਆਂ ਨੂੰ ਜਰਨ ਵਾਲਾ ਹੈ। ਮੈਤਰੀ ਮੁਦਤਾ ਜਾਂਗ ਸੁਹਾਈ, ਮੈਤਰੀ ਪੁਣਾ ਖੁਸ਼ੀ ਆਦਿਕ ਜਾਂਗ ਸੋਭਾ ਪਾਉਂਦੀ ਹੈ। ਕਟ ਕਰਨਾ ਕੀ ਅਤ ਸ਼ਬ ਪਾਈ, ਜਿਹੜਾ ਲੱਕ ਹੈ ਮੰਨ ਲੈਣਾ ਕਰੋ ਕਿ ਕਿਰਪਾ ਬਹੁਤੀ ਸੋਭਾ ਪਾ ਰਹੀ ਹੈ। ਭਾਵ ਬਦਨ ਮਨ ਪ੍ਰੇਮ ਬਣਾਈ, ਪ੍ਰੇਮ ਦਾ ਹੀ ਬਦਨ ਹੈ ਮਨ ਪ੍ਰੇਮ ਬਣਾਈ, ਔਰ ਭਾਉ ਕਹਿੰਦੇ ਨੇ ਭਗਤੀ, ਪ੍ਰੇਮ ਜਿਹੜਾ ਹੈ ਉਹ ਬਦਨ ਸੋਭਾ ਪਾਉਂਦਾ ਹੈ, ਮਨ ਦੇ ਵਿੱਚ ਪ੍ਰੇਮ ਨੂੰ ਧਾਰਨ ਕੀਤਾ ਹੈ। ਸਾਮ ਦਮ ਜਾ ਕੇ ਕਰਨ ਸੁਹਾਏ, ਇਸ ਦੇ ਸਾਮ ਤੇ ਦਮ ਦੋ ਕੰਨ ਸੋਭਾ ਪਾਉਂਦੇ ਨੇ। ਸਾਮ ਹੁੰਦਾ ਹੈ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਣਾ, ਮਨ ਕਰਕੇ ਜਿਹੜਾ ਹੈ ਇਹਦੇ ਵਿੱਚ ਕੋਈ ਸੰਕਲਪ ਵਿਕਲਪ ਨਾ ਉੱਠਣ ਦੇਣਾ, ਮਨ ਨੂੰ ਕਾਬੂ ਕਰਕੇ ਰੱਖਣਾ। ਦਮ ਹੁੰਦਾ ਹੈ ਬਾਹਰੀ ਇੰਦਰੀਆਂ ਨੂੰ ਜਿਹੜਾ ਆਪਣੇ ਵਸ ਦੇ ਵਿੱਚ ਕਰਕੇ ਰੱਖਣਾ, ਕਿ ਸਾਮ ਔਰ ਦਮ ਜਿਹੜਾ ਹੈ ਨਾ ਇਹ ਦੋਨੇ ਕੰਨ ਸੋਭਾ ਪਾਉਂਦੇ ਨੇ। ਧਾਰਨ ਕਰਨ ਲਿਵ ਲਾਗਨ ਜੋ, ਅਤੇ ਜਿਹੜਾ ਧਿਆਨ ਕਰਨਾ ਹੈ ਨਾ ਇਹੀ ਲਿਵ ਲੱਗੀ ਹੈ। ਦੋਏ ਲੋਚਨ ਸ਼ੋਭਤ ਸ਼ੁਭ ਸੋ, ਇਹ ਜਿਹੜੇ ਨੇ ਸਮਝ ਲੈਣਾ ਕਰੋ ਕਿ ਲਿਵ ਲਾਉਣੀ ਔਰ ਧਿਆਨ ਲਗਾਉਣਾ ਇਹ ਦੋ ਨੇਤਰ ਸੋਭਾ ਪਾਉਂਦੇ ਹਨ। ਗਿਆਨ ਸੀਹ ਜਿਹ ਕੇਰ ਬਿਰਾਜਤ, ਜਿਨ੍ਹਾਂ ਦਾ ਗਿਆਨ ਰੂਪੀ ਸੀਸ ਸੋਭਾ ਪਾਉਂਦਾ ਹੈ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ। ਸਤ ਸੰਗਤ ਸ਼ਿੰਗਾਰ ਸ਼ੁਭ ਸਾਜਤ, ਔਰ ਸਤ ਸੰਗਤ ਰੂਪੀ ਜਿਹੜਾ ਹੈ ਸ਼ੁਭ ਸਿੰਗਾਰ ਸੋਭਾ ਪਾਉਂਦਾ ਹੈ। ਇਸ ਪ੍ਰਕਾਰ ਧਰ ਜਨਮ ਸੁਹਾਵ, ਇਸ ਤਰ੍ਹਾਂ ਸੋਭ ਨੇਕ ਜਨਮ ਨੂੰ ਧਾਰ ਕੇ, ਵਧੈ ਦੇਹ ਜਿਉ ਕਾਲ ਬਿਤਾਵਾ, ਅਤੇ ਜਿਉ ਜਿਉ ਸਮਾਂ ਬਤੀਤ ਹੁੰਦਾ ਹੈ ਭਾਈ ਲਹਿਣਾ ਦੀ ਜਿਹੜੀ ਦੇਹੀ ਸਰੀਰ ਹੈ ਵੱਧਦਾ ਹੈ। ਚੌਦਹ ਬਰਖ ਆਰ ਬਲਾ ਹੋਈ, ਜਦੋਂ 14 ਸਾਲ ਦੀ ਉਮਰ ਹੋਈ ਹੈ, ਜਿਨ੍ਹੇ ਵਿਕਾਰ ਨਾ ਪਰਸਿਓ ਕੋਈ, ਜਿਨ੍ਹਾਂ ਭਾਈ ਲਹਿਣਾ ਨੂੰ ਅਜੇ ਤੱਕ ਕੋਈ ਵੀ ਵਿਕਾਰ ਸਪਰਸ਼ ਨਹੀਂ ਹੋਇਆ, ਭਾਵ ਸਰੀਰ ਕਰਕੇ ਮਨ ਕਰਕੇ ਕੋਈ ਵਿਕਾਰ ਨਹੀਂ ਕੀਤਾ। ਖੱਤਰੀ ਇੱਕ ਖਡੂਰ ਮੈਂ ਰਹੇ, ਔਰ ਇੱਕ ਜੋ ਖਡੂਰ ਸਾਹਿਬ ਦੇ ਵਿੱਚ ਖੱਤਰੀ ਰਹਿੰਦਾ ਹੈ ਜਿਸ ਦਾ ਨਾਮ ਹੈ ਦੇਵੀ ਦਾਸ। ਤਨ ਕੇਤ ਤਾਹੇ ਕੇ ਐਹੀ, ਉਹਦੇ ਘਰ ਦੇ ਵਿੱਚ ਇੱਕ ਪੁੱਤਰੀ ਹੈ। ਭੇਜ ਮਨੁਜ ਤਿਨ ਕੀਨ ਸਗਾਈ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਭਾਵ ਕੇ ਭਾਈ ਲਹਿਣਾ ਜੀ ਦੀ, ਸਤਿਗੁਰੂ ਮਹਾਰਾਜ ਜੀ ਦੇ ਪਿਤਾ ਬਾਬਾ ਫੇਰੂ ਮੱਲ ਜੀ ਨੇ ਇੱਕ ਮਨੁੱਖ ਨੂੰ ਭੇਜ ਕੇ ਦੇਵੀ ਦਾਸ ਦੀ ਜੋ ਪੁੱਤਰੀ ਹੈ ਬੀਬੀ ਖੀਵੀ ਉਹਦੇ ਨਾਲ ਸਗਾਈ ਕੀਤੀ ਹੈ। ਕੇਤਕ ਸਮਾਂ ਪੁਨ ਦੀਨ ਬਤਾਈ, ਇਸੇ ਤਰ੍ਹਾਂ ਕੁਝ ਕੁ ਦਿਨ ਬਤੀਤ ਕੀਤੇ ਹਨ। ਕਰਿਓ ਵਿਆਹ ਦਾਜ ਬਹੁ ਦਿਨ, ਕੁਝ ਦਿਨਾਂ ਬਾਅਦ
ਭਾਈ ਲਹਿਣਾ ਦਾ ਜਿਹੜਾ ਬੀਬੀ ਖੀਵੀ ਦੇ ਨਾਲ ਵਿਆਹ ਕੀਤਾ ਹੈ ਔਰ ਬਹੁਤ ਦਾਜ ਦਿੱਤਾ ਹੈ। ਦੇਖ ਜਮਾਤਾ ਆਨੰਦ ਭੀਨਾ, ਦੇਵੀ ਦਾਸ ਆਪਣੇ ਜਮਾਤਾਂ ਨੂੰ ਦੇਖ ਕੇ ਬੜਾ ਆਨੰਦਿਤ ਹੋਇਆ ਹੈ। ਗਏ ਗ੍ਰਾਮ ਨਿਜ ਰਹੇ ਬਹੋਰੀ, ਫਿਰ ਭਾਈ ਲਹਿਣਾ ਵਿਆਹ ਤੋਂ ਬਾਅਦ ਵਿੱਚ ਆਪਣੇ ਨਗਰ ਵਾਪਸ ਆਏ ਨੇ ਮੱਤੀ ਦੀ ਸਰਾਂ ਔਰ ਉੱਥੇ ਕਾਫੀ ਸਮਾਂ ਰਹੇ ਹਨ। ਕਿਤ ਕਾਲ ਬਿਤਿਓ ਤਿਸ ਠੌਰੀ, ਇਸ ਥਾਂ ਤੇ ਮੱਤੀ ਦੀ ਸਰਾਂ ਤੇ ਕੁਝ ਕੁ ਸਮਾਂ ਇਸੇ ਤਰ੍ਹਾਂ ਬਤੀਤ ਕੀਤਾ ਹੈ। ਇੱਕ ਦਿਨ ਚੜੀ ਬਲੋਚਨ ਧਾਰੀ, ਇੱਕ ਦਿਨ ਬਲੋਚਾਂ ਦੀ ਜਿਹੜੀ ਸੀ ਧਾਰ ਚੜੀ ਹੈ, ਭਾਵ ਕੇ ਜਿਹੜੇ ਬਲੋਚ ਡਾਕੂ ਸੀ ਉਹਨਾਂ ਨੇ ਮੱਤੇ ਦੀ ਸਰਾਂ ਤੇ ਹੱਲਾ ਬੋਲ ਦਿੱਤਾ ਹੈ। ਜੰਗਲ ਮੱਤੇ ਸਰਾਂ ਸੋ ਮਾਰੀ, ਜੋ ਮਾਲਵੇ ਦੇਸ਼ ਦੇ ਵਿੱਚ ਮੱਤੇ ਦੀ ਸਰਾਂ ਸੀ ਉਹ ਸਾਰੀ ਮਾਰ ਲਈ, ਭਾਵ ਕੇ ਆਪਣੇ ਕਬਜ਼ੇ ਦੇ ਵਿੱਚ ਕਰ ਲਈ। ਤਾਹੇ ਨਕੇਤ ਥੇ ਸੋ ਕੀਨਾ, ਉਹ ਸਾਰੇ ਨਗਰ ਨੂੰ ਢਾ ਕੇ ਤੇ ਉੱਥੇ ਥੇ ਬਣਾ ਦਿੱਤਾ। ਬੌਰ ਨਾ ਕੋ ਬਸਨੇ ਦਿਨ, ਬੌਰ ਫਿਰ ਉਹ ਜਿਹੜੇ ਬਲੋਚ ਡਾਕੂ ਸੀ ਉੱਥੇ ਉਹਨਾਂ ਨੇ ਕਿਸੇ ਨੂੰ ਵਸਣ ਨਾ ਦਿੱਤਾ, ਕਿਸੇ ਨੂੰ ਉੱਥੇ ਘਰ ਬਾਰ ਨਹੀਂ ਬਣਾਉਣ ਦਿੱਤਾ। ਸ੍ਰੀ ਲਹਿਣਾ ਤਬ ਤੇ ਤਜ ਗ੍ਰਾਮ, ਸ੍ਰੀ ਲਹਿਣਾ ਜੀ ਤੇ ਸਮੇਂ ਤੋਂ ਉਸ ਮੱਤੀ ਦੀ ਸਰਾਂ ਨੂੰ ਛੱਡ ਕੇ ਆਨ ਖਡੂਰ ਵਿਖੇ ਕੀਆ ਧਾਮ, ਆਪਣੇ ਸਹੁਰੇ ਨਗਰ ਦੇ ਵਿੱਚ ਆ ਕੇ ਘਰ ਬਣਾਇਆ ਹੈ, ਇੱਥੇ ਹੀ ਆ ਕੇ ਰਹਿਣ ਲੱਗ ਪਏ। ਰਹੇ ਤਹਾਂ ਪੁੰਨ ਗਏ ਕਿਥਾਂ, ਖਡੂਰ ਸਾਹਿਬ ਦੇ ਵਿੱਚ ਰਹੇ ਨੇ, ਹੋਰ ਕਿਸੇ ਥਾਂ ਤੇ ਨਹੀਂ ਗਏ। ਬਹੁਤੋ ਕਿਨੂੰ ਸਮਾਂ ਬਿਤਾਵਨ, ਉੱਥੇ ਖਡੂਰ ਸਾਹਿਬ ਦੀ ਧਰਤੀ ਤੇ ਬਹੁਤ ਸਮਾਂ ਬਤੀਤ ਕੀਤਾ ਹੈ। ਰਾਮ ਖਡੂਰ ਨਾਰ ਨਾਰਜੋ, ਔਰ ਜਿਹੜੇ ਖਡੂਰ ਸਾਹਿਬ ਨਗਰ ਦੇ ਪੁਰਸ਼ ਔਰ ਇਸਤਰੀਆਂ ਸਨ, ਸੇਵਕ ਦੁਰਗਾ ਕੇ ਸਭ ਸੋ, ਉਹ ਸਾਰੇ ਲੋਕ ਜਿਹੜੇ ਸੀ ਦੁਰਗਾ ਦੇ ਉਪਾਸ਼ਕ ਸਨ। ਯਾਹੇ ਬਰਖ ਦਿਨ ਮਹਾ ਸ਼੍ਰੀ ਜਵਾਲਾ, ਔਰ ਸਾਲ ਦੇ ਵਿੱਚ ਇੱਕ ਦਿਨ ਜੋ ਸ਼੍ਰੀ ਜਵਾਲਾ ਦੁਰਗਾ ਹੈ ਉਹਦੇ ਦਰਸ਼ਨਾਂ ਨੂੰ ਜਾਂਦੇ ਨੇ। ਪਰਸ਼ ਕਾਂਗੜੇ ਹਰਖ ਵਿਸਾਲਾ, ਇਹ ਜਿਹੜਾ ਦੁਰਗਾ ਦਾ ਮੰਦਰ ਸੀ ਇਹ ਕਾਂਗੜੇ ਜ਼ਿਲ੍ਹੇ ਦੇ ਵਿੱਚ ਸੀ, ਉੱਥੇ ਦਰਸ਼ਨ ਕਰਕੇ ਬੜੇ ਖੁਸ਼ ਹੁੰਦੇ ਨੇ। ਲਹਿਣਾ ਸਭ ਮਹਿ ਮੁਖੀ ਹੋਏ ਜਾਈ, ਔਰ ਲਹਿਣਾ ਜੀ ਇਹਨਾਂ ਸਾਰਿਆਂ ਦੇ ਮੁਖੀ ਬਣ ਕੇ ਜਾਂਦੇ ਨੇ। ਇਸ ਵਿਦ ਕਰ ਹੈ ਨੇਮ ਸਦਾਈ, ਇਸੇ ਤਰ੍ਹਾਂ ਸਦਾ ਹੀ ਨੇਮ ਨੂੰ ਨਿਭਾਉਂਦੇ ਨੇ, ਭਾਵ ਕੇ ਹਰ ਸਾਲ ਜਾਂਦੇ ਨੇ। ਏਕ ਸਿੱਖ ਸ੍ਰੀ ਨਾਨਕ ਕੇਰਾ, ਔਰ ਖਡੂਰ ਸਾਹਿਬ ਦੀ ਧਰਤੀ ਤੇ ਖਡੂਰ ਸਾਹਿਬ ਨਗਰ ਦੇ ਵਿੱਚ ਇੱਕ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਸਿੱਖ ਹੈ ਇਤਿਹਾਸ ਦੇ ਵਿੱਚ ਉਹਦਾ ਨਾਮ ਭਾਈ ਜੋਧ ਕਰਕੇ ਆਇਆ ਹੈ, ਉਹ ਜੋ ਭਾਈ ਜੋਧ ਹੈ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਰਹਿੰਦਾ ਹੈ। ਰਹੇ ਖਡੂਰ ਜਿਸ ਪ੍ਰੇਮ ਕਨੇਰਾ, ਖਡੂਰ ਸਾਹਿਬ ਨਗਰ ਦੇ ਵਿੱਚ ਰਹਿੰਦਾ ਹੈ ਜਿਸ ਦਾ ਗੁਰੂ ਘਰ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਨਾਲ ਬਹੁਤਾ ਹੀ ਪ੍ਰੇਮ ਹੈ। ਪੜੈ ਸਦੀਵ ਗੁਰੂ ਕੀ ਬਾਣੀ, ਜੋ ਸਦਾ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਨੂੰ ਪੜਦਾ ਰਹਿੰਦਾ ਹੈ। ਸੇਵਾ ਆਨ ਕੀਰਦੈ ਨਾ ਆਨੀ, ਜਿਸ ਭਾਈ ਜੋਧ ਨੇ ਕਿਸੇ ਹੋਰ ਦੇਵੀ ਦੇਵਤੇ ਦੀ ਜੋ ਸੇਵਾ ਕਰਨੀ ਹੈ ਮੰਨਣਾ ਆਪਣੇ ਹਿਰਦੇ ਦੇ ਵਿੱਚ ਨਹੀਂ ਲਿਆਂਦੀ। ਸ਼ਰਧਾ ਸ਼੍ਰੀ ਨਾਨਕ ਪਗ ਮਾਹੀ, ਜਿਸ ਭਾਈ ਜੋਧ ਦੀ ਸ਼ਰਧਾ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹੈ। ਪ੍ਰੇਮਾਨੰਦ ਰਹੇ ਨਿਤ ਤਾਹੀ, ਭਾਈ ਜੋਧ ਸਦਾ ਹੀ ਪ੍ਰੇਮ ਆਨੰਦ ਦੇ ਵਿੱਚ ਮੱਤਿਆ ਰਹਿੰਦਾ ਹੈ। ਏਕ ਦਿਸ ਮਹਿ ਇੱਕ ਮਨ ਹੋਈ, ਇੱਕ ਦਿਨ ਭਾਈ ਜੋਧ ਇੱਕ ਮਨ ਹੋ ਕੇ ਬਾਣੀ ਪੜੈ ਪ੍ਰੇਮ ਜੋਤ ਸੋਈ, ਸਹਿਤ ਪ੍ਰੇਮ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ ਰਿਹਾ ਸੀ। ਸੁਣੇ ਸ਼ਬਦ ਸ਼੍ਰੀ ਲਹਿਣੇ ਜਬ ਹੀ, ਜਦੋਂ ਸ਼੍ਰੀ ਲਹਿਣਾ ਜੀ ਨੇ ਭਾਈ ਜੋਧ ਦੇ ਮੁਖ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਣੀ ਦੇ ਸ਼ਬਦ ਸੁਣੇ, ਜਾਗਿਓਰ ਦੇ ਪ੍ਰੇਮ ਬਹੁਤ ਤਬ ਹੀ, ਤਦੋਂ ਭਾਈ ਲਹਿਣਾ ਦੇ ਅੰਦਰ ਬਹੁਤ ਜ਼ਿਆਦਾ ਪ੍ਰੇਮ ਜਾਗਿਆ ਹੈ। ਸਿੱਖ ਹਕਾਰਿਓ ਬੂਝਿਓ ਤਾਂ ਕੋ, ਭਾਈ ਜੋਧ ਜੀ ਨੂੰ ਆਪਣੇ ਪਾਸ ਬੁਲਾ ਕੇ ਪੁੱਛਦਾ ਹੈ, ਪੜਤ ਸ਼ਬਦ ਕਹੋ ਕਾਮ ਕੋ, ਹੇ ਭਾਈ ਜਿਹੜੇ ਆ ਤੂੰ ਸ਼ਬਦ ਪੜਦਾ ਸੀ ਇਹ ਕਿੰਨਾ ਦੇ ਉਚਾਰਨ ਕੀਤੇ ਹਨ। ਸਿੱਖ ਕਹਿਓ ਗੁਰੂ ਨਾਨਕ ਮੇਰਾ, ਭਾਈ ਜੋਧ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਮੇਰੇ ਗੁਰੂ ਹਨ। ਪੜੋ ਸ਼ਬਦ ਤਿੰਨ ਕੋ ਮੈਂ ਚੇਰਾ, ਮੈਂ ਉਹਨਾਂ ਦੇ ਸ਼ਬਦਾਂ ਨੂੰ ਪੜਦਾ ਹਾਂ ਔਰ ਉਹਨਾਂ ਦਾ ਚੇਰਾ ਸਿੱਖ ਹਾਂ। ਦੋਹਰਾ ਤਬ ਲਹਿਣੇ ਮਨ ਮੈਂ ਗਿਣੀ, ਤਦੋਂ ਐਸੇ ਬੈਨ, ਤਦੋਂ ਭਾਈ ਲਹਿਣਾ ਜੀ ਨੇ ਮਨ ਦੇ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ ਹੈ ਕਿ ਜਿਸ ਗੁਰੂ ਦੇ ਇਸ ਤਰ੍ਹਾਂ ਦੇ ਬਚਨ ਹਨ, ਗੁਰੂ ਕਰੋ ਤਾਂ ਕੋ ਅਬੈ ਸੁਣ ਤੋਹੋਤ ਮਨ ਚੈਨ, ਹੁਣ ਉਸੇ ਨੂੰ ਜਿਹੜਾ ਹੈ ਆਪਣਾ ਗੁਰੂ ਧਾਰਨ ਕਰਾਂਗਾ, ਜਿਸ ਗੁਰੂ ਦੀ ਬਾਣੀ ਸੁਣ ਕੇ ਜਿਸ ਗੁਰੂ ਦੇ ਸ਼ਬਦ ਸੁਣ ਕੇ ਮਨ ਦੇ ਵਿੱਚ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸੁਣਿਓ ਸ਼ਰਵਣ ਮਹਿ ਸੁਜਾਸਾ ਗਾਰੇ,
ਭਾਈ ਲੈਣਾ ਮਨ ਦੇ ਵਿੱਚ ਵਿਚਾਰ ਕਰਦਾ ਹੈ ਕਿ ਮੈਂ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਦਾ ਜੋ ਜਸ ਹੈ ਨਾ ਆਪਣੇ ਕੰਨਾਂ ਦੇ ਵਿੱਚ ਸੁਣਿਆ ਹੈ। ਸ੍ਰੀ ਨਾਨਕ ਹੈ ਗਿਆਨ ਉਦਾਰੇ, ਗੁਰੂ ਨਾਨਕ ਸਾਹਿਬ ਮਹਾਰਾਜ ਗਿਆਨ ਦੇ ਉਦਾਰੂ ਨੇ, ਗਿਆਨ ਬਖਸ਼ਣ ਵਾਲੇ ਹਨ। ਅੰਮ੍ਰਿਤ ਗ੍ਰਾਮ ਪਰਿਵਰਤਨ ਆਇਆ ਹੀ, ਪਰ ਸਾਡੇ ਇਸ ਖਡੂਰ ਸਾਹਿਬ ਨਗਰ ਦੇ ਵਿੱਚ ਜਿਹੜੀ ਹੈ ਐਸੀ ਪ੍ਰਵਿਰਤੀ ਨਹੀਂ ਹੈ, ਭਾਵ ਕਿ ਗੁਰੂ ਨਾਨਕ ਸਾਹਿਬ ਨੂੰ ਇੱਥੇ ਕੋਈ ਜਾਣਦਾ ਨਹੀਂ ਹੈ। ਦਰਸ਼ਨ ਪਰਸਨਾ ਕੋ ਤਿੰਨ ਜਾਹੀ, ਇਸੇ ਲਈ ਉਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਇਸ ਨਗਰ ਤੋਂ ਕੋਈ ਨਹੀਂ ਜਾਂਦਾ। ਔਰ ਨਾ ਕਿਸ ਕੀ ਸੰਗਤ ਹੋਈ, ਔਰ ਮੈਨੂੰ ਵੀ ਹੋਰ ਕਿਸੇ ਦੀ ਸੰਗਤ ਨਹੀਂ ਹੋਈ। ਜਾਂ ਤੇ ਪਿਖੋਂ ਜਾਏ ਗੁਰ ਸੋਈ, ਜਾਂ ਤੇ ਇਸ ਕਰਕੇ ਹੁਣ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂਗਾ। ਸੁਣਿਓ ਸ਼ਬਦ ਇਨ ਸਿੱਖ ਜੋ ਬਖਾਨਿਓ, ਭਾਈ ਲਹਿਣਾ ਨੇ ਜੋ ਭਾਈ ਜੋਧ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਬੜੇ ਪ੍ਰੇਮ ਨਾਲ ਸੁਣਿਆ ਹੈ। ਦਰਸ਼ ਕਰੋ ਮਨ ਬਹੁਤ ਲੁਭਾਨਿਓ, ਤੇ ਫਿਰ ਮਨ ਦੇ ਵਿੱਚ ਲੁਭਾਏ ਮਨ ਹੋਏ ਨੇ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਦਰਸ਼ਨ ਨੇ ਜ਼ਰੂਰ ਕਰਨੇ ਹਨ। ਗੋਰ ਜਵਾਲਾ ਪਰਚਣ ਕੋ ਸਮੈ ਆਇਓ ਅਭੀ ਨੇਰ, ਮਨ ਦੇ ਵਿੱਚ ਵਿਚਾਰ ਕਰਦੇ ਨੇ ਭਾਈ ਲਹਿਣਾ ਜੀ ਕਿ ਜਵਾਲਾ ਦੇ ਦਰਸ਼ਨ ਕਰਨ ਨੂੰ, ਭਾਵ ਕੇ ਦਰਸ਼ਨਾਂ ਦੇ ਜਾਣ ਵਾਸਤੇ ਵੀ ਜਿਹੜਾ ਸਮਾਂ ਉਹ ਨੇੜੇ ਆ ਗਿਆ ਹੈ। ਇਹ ਮਗ ਸਭ ਨਰ ਲੈ ਚਲੋ ਲੇਮੋ ਦਰਸ਼ਨ ਹੇਰ, ਜਿਵੇਂ ਉਸੇ ਰਸਤੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਰਹਿੰਦੇ ਨੇ ਉਸੇ ਰਸਤੇ ਸਾਰੇ ਲੋਕਾਂ ਨੂੰ ਲੈ ਜਾਂਦਾ ਹਾਂ, ਔਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੀ ਕਰ ਲਵਾਂਗਾ। ਬਬ ਤੇ ਸਹਿ ਕੇ ਪਾਸ ਤੇ ਸ਼ਬਦ ਕੰਠ ਕਰ ਲੀਨ, ਤਦੋਂ ਤੋਂ ਭਾਈ ਲਹਿਣਾ ਨੇ ਭਾਈ ਜੋਧ ਜਿਹੜੇ ਸਨ ਉਹਨਾਂ ਤੋਂ ਗੁਰੂ ਨਾਨਕ ਸਾਹਿਬ ਦਾ ਜੋ ਸ਼ਬਦ ਸੀ ਉਹ ਕੰਠ ਕੀਤਾ ਹੈ, ਭਾਵ ਕੇ ਮੂੰਹ ਜ਼ਬਾਨੀ ਯਾਦ ਕਰ ਲਿਆ ਹੈ। ਨਿਤ ਪ੍ਰਤ ਪੜ੍ਹੀ ਪ੍ਰੇਮ ਕਰ ਉਪਜੇ ਭਾਉ ਨਵੀਨ, ਲਹਿਣਾ ਜੀ ਨਿਤਾ ਪ੍ਰਤੀ ਭਾਵ ਕੇ ਸਦਾ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਹ ਜਿਹੜਾ ਸ਼ਬਦ ਹੈ ਉਸ ਨੂੰ ਪ੍ਰੇਮ ਦੇ ਨਾਲ ਪੜ੍ਹਦੇ ਰਹਿੰਦੇ ਨੇ, ਔਰ ਹਿਰਦੇ ਦੇ ਅੰਦਰ ਨਵਾਂ ਪ੍ਰੇਮ ਜਿਹੜਾ ਪੈਦਾ ਹੁੰਦਾ ਹੈ। ਮਿਲਣੇ ਕੀ ਅਭਲਾਖਾ ਐਸੇ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲਣ ਦੀ ਇਸ ਤਰ੍ਹਾਂ ਅਭਿਲਾਖਾ ਇੱਛਾ ਪੈਦਾ ਹੋਈ ਹੈ। ਮਾਧੁ ਕਰ ਖੋਜਤ ਪੁਸ਼ ਕਰ ਜੈਸੇ, ਇਸ ਤਰ੍ਹਾਂ ਜਿਹੜਾ ਭੌਰਾ ਫੁੱਲ ਨੂੰ ਲੱਭਦਾ ਫਿਰਦਾ ਹੈ। ਜਿਉਂ ਮਿਰਗ ਪਿਆਸੋ ਜਲ ਕੋ ਚਾਹੇ, ਇਸ ਤਰ੍ਹਾਂ ਪਿਆਸਾ ਹੋਇਆ ਜਿਹੜਾ ਹਿਰਨ ਪਾਣੀ ਨੂੰ ਭਾਲਦਾ ਫਿਰਦਾ ਹੈ। ਇੱਕ ਚਾਤਰਕ ਇੱਕ ਬੂੰਦ ਬਣਾ ਹੈ, ਕਿ ਇੱਕ ਜਿਹੜਾ ਹੈ ਬੰਬੀਹਾ ਜਿਹੜਾ ਹੁੰਦਾ ਹੈ ਕਹਿੰਦੇ ਕਿ ਉਹਨੂੰ ਸਵਾਂਤੀ ਬੂੰਦ ਦੀ ਜਿਹੜੀ ਹੈ ਬੜੀ ਪਿਆਸ ਹੁੰਦੀ ਉਹਨੂੰ ਚਾਹੁੰਦਾ ਹੈ। ਇਸੇ ਤਰ੍ਹਾਂ ਹੀ ਜੋ ਲਹਿਣਾ ਜੀ ਹਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ। ਦੇਵੀ ਪਰਸਨ ਦਿਨ ਪੁਣ ਆਇਓ, ਫਿਰ ਦੇਵੀ ਨੂੰ ਪਰਸਨ ਦਾ ਦਿਨ ਆਇਆ ਹੈ। ਸਭ ਨੇ ਲਿਜਾਵਣ ਮਨ ਠਹਿਰਾਇਓ, ਸਾਰਿਆਂ ਨੂੰ ਹੀ ਉੱਥੇ ਲੈ ਜਾਣ ਵਾਸਤੇ ਮਨ ਦੇ ਵਿੱਚ ਜਿਹੜਾ ਹੈ ਠਹਿਰਾਉ ਕੀਤਾ ਹੈ। ਅਦਕ ਭਏ ਨਰ ਲਹਿਣੇ ਸੰਗ, ਬਹੁਤੇ ਹੀ ਮਨੁੱਖ ਭਾਈ ਲਹਿਣਾ ਜੀ ਦੇ ਨਾਲ ਚੱਲੇ ਨੇ। ਗਮਨੇ ਜਵਾਲਾ ਸਾਹਿਤ ਉਮੰਗ, ਸਾਰੇ ਹੀ ਜਵਾਲਾ ਦੇ ਦਰਸ਼ਨ ਕਰਨ ਦੇ ਲਈ ਸਹਿਤ ਪ੍ਰੇਮ ਦੇ ਗਏ ਨੇ। ਸਰਬ ਸੰਗ ਸੋ ਕਹਿਓ ਸੁਣਾਈ, ਭਾਈ ਲਹਿਣਾ ਜੀ ਨੇ ਸਾਰਿਆਂ ਦੇ ਨਾਲ ਇਸ ਤਰ੍ਹਾਂ ਕਿਹਾ ਹੈ, ਅਪਰ ਪੰਥ ਚੱਲ ਕੇ ਆ ਬਜਾਈ, ਕਿ ਜਿਸ ਰਸਤੇ ਆਪਾਂ ਹਰ ਸਾਲ ਜਾਂਦੇ ਸਾਂ ਹੁਣ ਜਿਹੜਾ ਹੈ ਉਸ ਰਸਤੇ ਨੀ ਜਾਣਾ, ਅਪਰ ਪੰਥ ਚੱਲ ਕੇ ਅਬ ਜਾਈ, ਅਬ ਹੁਣ ਆਪਾਂ ਹੋਰ ਰਸਤੇ ਜਾਣਾ ਹੈ। ਸ੍ਰੀ ਗੁਰੂ ਨਾਨਕ ਪੁਰਖ ਮਹਾਨ, ਜੋ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ ਮਹਾਨ ਮਹਾਂਪੁਰਖ, ਕੋ ਦਰਸ਼ ਕਰੋ ਮਤਵਾਨ, ਮਤਵਾਨੋ ਤੁਸੀਂ ਵੀ ਮੇਰੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਕਰਨਾ ਕਰੋ। ਇਹ ਮਗ ਜਾਮਨ ਫਲ ਸੋ ਵਿਸਾਲੇ, ਇਸ ਰਸਤੇ ਤੇ ਜਾਣ ਦਾ ਬਹੁਤਾ ਫਲ ਪ੍ਰਾਪਤ ਹੋਵੇਗਾ। ਦੁਆ ਕੋ ਦਰਸ਼ਨ ਹੋਏ ਸੁਖਾਲੇ, ਜੇਕਰ ਆਪਾਂ ਇਸ ਰਸਤੇ ਜਾਂਦੇ ਹਾਂ ਤੇ ਦੋਨਾਂ ਦੇ ਸੁਖਾਲੇ ਦਰਸ਼ਨ ਹੋ ਜਾਣਗੇ, ਭਾਵ ਕਿ ਗੁਰੂ ਨਾਨਕ ਸਾਹਿਬ ਦੇ ਅਤੇ ਜਵਾਲਾ ਦੇ। ਇਉਂ ਸੁਣ ਨਰ ਬਹੁ ਸੰਗ ਸਿਧਾਰੇ, ਇਸ ਤਰ੍ਹਾਂ ਸੁਣ ਕੇ ਬਹੁਤੇ ਹੀ ਮਨੁੱਖ ਸ਼੍ਰੀ ਲਹਿਣਾ ਜੀ ਦੇ ਨਾਲ ਗਏ ਹਨ। ਕਹੈ ਕਿ ਚਲੋ ਸੋ ਲੇਹੋ ਨਿਹਾਰੇ, ਕਹਿੰਦੇ ਨੇ ਕਿ ਭਾਈ ਲਹਿਣਾ ਜੀ ਜਿੱਦਾਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਕਰ ਲੈਂਦੇ ਹਾਂ, ਔਰ ਤੁਹਾਡੇ ਕਹੇ ਅਨੁਸਾਰ ਚੱਲ ਕੇ ਉਹਨਾਂ ਦੇ ਦਰਸ਼ਨ ਕਰਦੇ ਹਾਂ। ਬਹੁਤ ਭੀੜ ਨਜ਼ਰ ਲੇ ਕਰ ਸੰਗ,
ਸ਼੍ਰੀ ਲਹਿਣਾ ਜੀ ਆਪਣੇ ਨਾਲ ਬਹੁਤ ਹੀ ਭੀੜ ਨੂੰ ਨਾਲ ਲੈ ਕੇ ਗਮਨੋਂ ਲਹਿਣਾ ਭਾਗ ਉਤੰਗ ਜਿਨ੍ਹਾਂ ਲਹਿਣਾ ਦੇ ਬਹੁਤੇ ਉਤੰਗਾ ਉੱਚੇ ਭਾਗ ਨੇ ਸਾਰਿਆਂ ਨੂੰ ਨਾਲ ਲੈ ਕੇ ਤੁਰ ਪਏ ਕ੍ਰਮ ਕ੍ਰਮ ਸਗਰੋ ਮਾਰਗ ਛੋਰੀ ਹੌਲੀ ਹੌਲੀ ਸਾਰਾ ਹੀ ਰਸਤਾ ਲੰਘ ਕੇ ਪਹੁੰਚੇ ਪੁਰ ਕਰਤਾਰ ਠੋਰੀ ਜਿਸ ਜਗ੍ਹਾ ਤੇ ਸ਼੍ਰੀ ਕਰਤਾਰਪੁਰ ਸਾਹਿਬ ਨਗਰ ਹੈ ਉੱਥੇ ਪਹੁੰਚ ਗਏ ਤਿਸ਼ਟ ਇੱਕ ਮਨ ਜੋ ਬਜੇਰਾ ਔਰ ਨਗਰ ਤੋਂ ਬਾਹਰ ਹੀ ਇੱਕ ਮਨੁੱਖ ਨੂੰ ਪੁੱਛਿਆ ਹੈ ਇਹ ਜੋ ਗ੍ਰਾਮ ਹੈ ਕਿਸ ਕੇਰਾ ਇਹ ਜਿਹੜਾ ਭਾਈ ਗ੍ਰਾਮ ਨਗਰ ਹੈ ਕਿਹਨਾਂ ਦਾ ਹੈ ਇੱਥੇ ਕੌਣ ਰਹਿੰਦੇ ਹਨ ਕਹੇ ਸੋ ਨਰ ਜਗ ਗੁਰ ਗਤ ਦਾਈ ਉਸ ਮਨੁੱਖ ਨੇ ਕਿਹਾ ਹੈ ਕਿ ਇਸ ਨਗਰ ਦੇ ਵਿੱਚ ਜਗਤ ਦੇ ਗੁਰੂ ਮੁਕਤੀ ਦੇ ਦਾਤੇ ਸ਼੍ਰੀ ਨਾਨਕ ਜੋ ਤਪਾ ਕਹਾਈ ਜਿਨ੍ਹਾਂ ਨੇ ਆਪਣਾ ਨਾਨਕ ਤਪਾ ਨਾਮ ਕਹਾਇਆ ਹੈ ਉਹ ਇਸ ਨਗਰ ਦੇ ਵਿੱਚ ਰਹਿੰਦੇ ਹਨ ਨਰ ਦੂਰ ਦੇਸ਼ ਤੇ ਆਵੇ ਉਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਬਹੁਤ ਦੂਰ ਦੇਸ਼ਾਂ ਤੋਂ ਲੋਕ ਆਉਂਦੇ ਨੇ ਦਰਸ ਕਰਹਿ ਨਿਜ ਇੱਛਾ ਪੁਜਾਵੇ ਆ ਕੇ ਦਰਸ਼ਨ ਕਰਦੇ ਨੇ ਤੇ ਆਪਣੀ ਇੱਛਾ ਪੂਰੀ ਕਰਦੇ ਹਨ ਨਿਜ ਉਪਦੇਸ਼ੋ ਜਗ ਮਹਿਨਾਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਦੇ ਅੰਦਰ ਜੋ ਆਪਣਾ ਉਪਦੇਸ਼ ਦਿੱਤਾ ਹੈ ਨਾ ਨਾਮ ਜਪਣ ਦਾ ਹੀ ਉਪਦੇਸ਼ ਦਿੱਤਾ ਹੈ ਜਾਣ ਲਿਓ ਇਹ ਗ੍ਰਾਮ ਐਸੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੀ ਇਹ ਜਿਹੜਾ ਨਗਰ ਹੈ ਨਾ ਪਾਈ ਜਾਣਨਾ ਕਰ ਇਸ ਤਰ੍ਹਾਂ ਉਸ ਮਨੁੱਖ ਨੇ ਸ਼੍ਰੀ ਲਹਿਣਾ ਭਾਵ ਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਨਗਰ ਦੇ ਬਾਰੇ ਦੱਸਿਆ ਕਿ ਕਿਹਨਾਂ ਦਾ ਨਗਰ ਹੈ ਇੱਥੇ ਸਮਾਪਤੀ ਹੈ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ ਜੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਨਿਜ ਉਪਦੇਸ਼ ਜਗ ਮਹਿਨਾਮ ਤਿੰਨ ਕੋ ਜਾਣ ਲਿਹੋ ਇਹ ਗ੍ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਨ ਨਾਥ ਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰਥ ਅਗਮ ਪੂਰਨ ਮੋਹਿ ਮਾਇਆ ਧਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੇ ਪੀਹੋ ਵਨਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀਆ ਕਰੋ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾ ਜਹੈ ਚੜੇ ਸੁਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ